ਨਕਲੀ ਸ਼ਰਾਬ ਵਾਲਾ ਮਾਮਲਾ ਆਇਆ ਇਹ ਸਰਕਾਰ ਦਾ ਨਕਮਾਪਨ ਨਜ਼ਰ ਆਉਂਦਾ ਹੈ ਜੀ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਲਾਕਡਾਊਨ ਦੇ ਵਿੱਚ ਕਰੋੜਾਂ ਅਰਬਾਂ ਦਾ ਚੂਨਾ ਆਪਕਾਰੀ ਵਿਭਾਗ ਨੂੰ ਲੱਗ ਗਿਆ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਉਹਨਾਂ ਵੱਲੋਂ ਇਹ ਸ਼ਰਾਬ ਦਾ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਉਹ ਉਠਾਇਆ ਜਾ ਰਿਹਾ ਹੈ ਅਕਾਲੀ ਸਰਕਾਰਾਂ ਵੇਲੇ ਨਸ਼ਾ ਕਿਸ ਹੱਦ ਤੱਕ ਜਾ ਰਿਹਾ ਸੀ ਉਸ ਵੇਲੇ ਵੀ ਸਾਰਾ ਕੁਝ ਵਾਪਰਿਆ ਉਸ ਵੇਲੇ ਵੀ ਇਹ ਸਾਰਾ ਕੁਝ ਐਸੇ ਤਰ੍ਹਾਂ ਚੱਲਦਾ ਸੀ ਕੈਪਟਨ ਅਮਰਿੰਦਰ ਸਿੰਘ ਜੇ ਸੱਚਮੁੱਚ ਦੇ ਵਿੱਚ ਕੋਈ ਕਾਰਵਾਈ ਕਰਨਾ ਚਾਹੁੰਦੇ ਨੇ ਤਾਂ ਹਰ ਬੰਦੇ ਨੂੰ ਪਤਾ ਹੈਗਾ ਕਿ ਇਸ ਮਾਮਲੇ ਦੇ ਵਿੱਚ ਸਿਆਸੀ ਲੋਕ ਨਾਲ ਲੱਗੇ ਹੋਏ ਨੇ ਉਹਨਾਂ ਦੀ ਸਰਪ੍ਰਸਤੀ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਜੇ ਸੋਹਿਰਦ ਹਨ ਪਾਰਟੀ ਨੂੰ ਬਚਾਉਣਾ ਚਾਹੁੰਦੇ ਹਨ ਲੋਕਾਂ ਵਿੱਚ ਆਪਣਾ ਅਕਸ ਸੁਧਾਰਨਾ ਚਾਹੁੰਦੇ ਹਨ ਤਾ ਜਿਹੜੇ ਪੰਜ ਚਾਰ ਸਿਆਸੀ ਲੋਕ ਇਹਨਾਂ ਤੇ ਉਂਗਲਾ ਉਠਦਿਆਂ ਨੇ ਉਹਨਾਂ ਤੇ ਕਾਰਵਾਈ ਕਰਕੇ ਦਿਖਾਉਣ ਦੇਸ਼ ਦਾ ਕਿਸਾਨ ਜਿਨ੍ਹਾਂ ਨੇ ਇਸ ਦੇਸ਼ ਨੂੰ ਆਤਮ ਨਿਰਪਰ ਬਣਾਇਆ ਉਹਨਾਂ ਦੀਆਂ ਸਮੱਸਿਆਵਾਂ ਦੂਰ ਹੋ ਗਈਆਂ ਉਲਟਾ ਕਿਸਾਨ ਖੁਦਕਸ਼ੀਆਂ ਦੇ ਰਾਹ ਪਏ ਹੋਏ ਨੇ ਜਿੱਥੇ ਅਸੀਂ ਲੱਛੇਦਾਰ ਭਾਸ਼ਣ ਬੜਾ ਅਡੀਆਂ ਚੱਕ ਚੱਕ ਕੇ ਦਿੰਨੇ ਆ ਸਾਨੂੰ ਨਾਲ ਨਾਲ ਕੁਝ ਰਿਵਿਊ ਕਰਨੇ ਚਾਹੀਦੇ ਨੇ ਕਿ ਕੀ ਅਸੀਂ ਜਿਹੜੀਆਂ ਗੱਲਾਂ ਕਹਿ ਰਹੇ ਹਾਂ ਜੋ ਸੁਪਨੇ ਸ਼ਹੀਦਾਂ ਨੇ ਸੋਚੇ ਸੀ ਉਹਨਾਂ ਨੂੰ ਸਰਜਨ ਵਿੱਚ ਕਾਮਯਾਬ ਹੋ ਗਈਆਂ ਕੈਪਟਨ ਅਮਰਿੰਦਰ ਸਿੰਘ ਵੀ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਨੇ ਕਿ ਮੈਂ ਪੰਜਾਬ ਦੇ ਲਈ ਖੜਾ ਹਾਂ ਪੰਜਾਬ ਦੇ ਕਿਸਾਨਾਂ ਦੀ ਰਾਖੀ ਦੇ ਲਈ ਖੜਾ ਹਾਂ ਤੇ ਨਾਲ ਦੀ ਨਾਲ ਉਹ ਦਰਸ਼ਕबीर ਸਿੰਘ ਬਾਦਲ ਵੀ ਇਹੀ ਗੱਲ ਦੁਹਰਾਉਂਦੇ ਨੇ ਕਿ ਮੈਂ ਕਿਸਾਨ ਦਾ ਪੁੱਤਾਂ ਤੇ ਕਿਸਾਨਾਂ ਦੇ ਹਮੇਸ਼ਾ ਨਾਲ ਆ ਬੜੀ ਅਜੀਬ ਕਿਸਮ ਦੀ ਸਥਿਤੀ ਇਹਨਾਂ ਸਿਆਸੀ ਲੋਕਾਂ ਨੇ ਪੈਦਾ ਕਰ ਦਿੱਤੀ ਹੈ ਹੂੰ ਮੁਫਤ ਬਿਜਲੀ ਦੀ ਸਹੂਲਤ ਕਿਸੇ ਕਿਸਾਨ ਨੇ ਨਹੀਂ ਮੰਗੀ ਸੀ ਸਿਆਸੀ ਲੋਕਾਂ ਤੇ ਵਿਸ਼ਵਾਸ ਨਹੀਂ ਕੀਤੇ ਜਾ ਸਕਦੇ ਜਿਸ ਵੇਲੇ ਬਿਜਲੀ ਐਕਟ 2020 ਲਾਗੂ ਹੋ ਗਿਆ ਪਾਸ ਕਰ ਦਿੱਤਾ ਗਿਆ ਲਾਗੂ ਹੋ ਗਿਆ ਉਸ ਵੇਲੇ ਕਿਸਾਨਾਂ ਦੀ ਇਹ ਮੁਫਤ ਬਿਜਲੀ ਹਰ ਹਾਲਤ ਬੰਦ ਹੋਵੇਗੀ ਇਹਦੇ ਬਾਰੇ ਜਿੰਨਾ ਮਰਜ਼ੀ ਕਹਿ ਲੈਣ ਅਜੇ ਇਹ ਧੂ ਘੜੀਸ ਕਰਕੇ ਕੈਪਟਨ ਸਾਹਿਬ ਦਾ ਟ੍ਰੇਨੋਰ ਤਾਂ ਨਿਕਲ ਜਾਊਗਾ ਜੀ ਇਹ ਅਗਲੀਆਂ ਸਰਕਾਰਾਂ ਦੇ ਗੱਲ ਦੇ ਵਿੱਚ ਪਵੇਗਾ ਖਾਲਿਸਤਾਨ ਦਾ ਜਿਹੜਾ ਝੰਡਾ ਉਹ ਲਹਿਰਾਇਆ ਗਿਆ ਤੇ ਕੌਣ ਉਹਨੂੰ ਲਹਿਰਾ ਗਿਆ ਇਸ ਗੱਲ ਬਾਰੇ ਹਲੇ ਕੁਝ ਵੀ ਨਹੀਂ ਪਤਾ ਪਰ ਉਦੋਂ ਪਾਜੜਾ ਪੈ ਗਿਆ ਜਦੋਂ ਉਸ ਝੰਡੇ ਨੂੰ ਲਹਿਰਾਉਂਦੇ ਹੋਏ ਵੇਖਿਆ ਗਿਆ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਲੈਕੀ ਦਾ ਕੰਮ ਹੈ ਹੂੰ ਪਹਿਲੀ ਗੱਲ ਤਾਂ ਪੰਜਵੀਂ ਮੰਜ਼ਲ ਦਾ ਦਰਵਾਜ਼ਾ ਖੁੱਲਾ ਕਿਵੇਂ ਸੀ ਹੂੰ ਪੰਜਵੀਂ ਮੰਜ਼ਲ ਦੇ ਉੱਤੇ ਕੋਈ ਕਲਾਸਾਂ ਲੱਗਦੀਆਂ ਸੀਗੀਆਂ ਬੱਚਿਆਂ ਦੀਆਂ ਜਿਹੜੀਆਂ ਉੱਥੇ ਪੜਾਉਣ ਵਾਸਤੇ ਭੇਜਿਆ ਜਾਂਦਾ ਸੀ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਗਵੇ ਦੇ ਦੀ ਡਿਪਟੀ ਕਮਿਸ਼ਨਰ ਤੋਂ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਤੇ ਹੋਰਾਂ ਦੀ ਪੂਰੀ ਤਰ੍ਹਾਂ ਦੀ ਨਿਲੈਕੀ ਸਾਹਮਣੇ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਵਾਰਸਤਵਾਰ ਇਹੋ ਪ੍ਰੋਗਰਾਮ ਹੈ ਜਿਹੜਾ ਹਫ਼ਤੇ ਦੇ ਵਿੱਚ ਇੱਕ ਦਿਨ ਅਸੀਂ ਲੈ ਕੇ ਆਉਂਦੇ ਆਂ ਤੇ ਪੂਰੇ ਹਫਤੇ ਭਰ ਤੇ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਲਈਆਂ ਜਾਂਦੀਆਂ ਨੇ ਪਿਛਲੇ ਹਫਤੇ ਦੇ ਦੌਰਾਨ ਕੀ ਖਾਸ ਰਿਹਾ ਕਿਹੜੀਆਂ ਕਿਹੜੀਆਂ ਖਬਰਾਂ ਤੇ ਸਾਡੀ ਨਜ਼ਰ ਸੀ ਤੁਹਾਡੀ ਨਜ਼ਰ ਸੀ ਸਾਡੇ ਦਰਸ਼ਕ ਨੇ ਜਿਹੜੀ ਕਿਹੜੀ ਕਿਹੜੀ ਖਬਰਾਂ ਬਾਰੇ ਜਾਣਨਾ ਚਾਹੁੰਦੇ ਨੇ ਉਹ ਸਾਰੀਆਂ ਖਬਰਾਂ ਦਾ ਨਿਚੋੜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦਿੰਦੇ ਆ ਤਾਂ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਨਾਲ ਮੌਜੂਦ ਨੇ ਜਸਪਾਲ ਸਿੰਘ ਢਿੱਲੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਜਸਪਾਲ ਸਿੰਘ ਢਿੱਲੋਂ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਤੇ ਮੈਂ ਦਰਸ਼ਕਾਂ ਨੂੰ ਅਕਸਰ ਦੱਸਦੀ ਆ ਕਿ ਸਾਡੇ ਉਹ ਪਤਰਕਾਰ ਨੇ ਜਿਹੜੇ ਕਿ ਫੀਲਡ ਦੇ ਵਿੱਚ ਜਾਂਦੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਖਬਰਾਂ ਦਾ ਨਿਚੋੜ ਕੱਟ ਕੇ ਸਾਡੇ ਦਰਸ਼ਕਾਂ ਦੇ ਸਨਮੁਖ ਰੱਖਦੇ ਨੇ ਹਰ ਖਬਰ ਦੀ ਤਿੱਖੀ ਨਜ਼ਰ ਆਪਣੀ ਬਣਾਈ ਰੱਖਦੇ ਨੇ ਤੇ ਤੁਹਾਡੇ ਸਵਾਲਾਂ ਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਵਾਬ ਵੀ ਦਿੰਦੇ ਨੇ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਬਹੁਤ ਅਹਿਮ ਰਹਿਣਗੀਆਂ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਅੱਜ 15 ਅਗਸਤ ਦਾ ਦਿਨ ਹੈ ਭਾਰਤ ਦੇ ਵਿੱਚ ਜੇ ਗੱਲ ਕਰੀਏ ਤਾਂ 15 ਅਗਸਤ ਆਜ਼ਾਦੀ ਦਿਹਾੜਾ ਜਿਹੜਾ ਉਹ ਉੱਚ ਪੱਧਰ ਤੇ ਮਨਾਇਆ ਜਾ ਰਿਹਾ ਹੈ ਬੇਸ਼ੱਕ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਕੋਈ ਵੀ ਅਣਸੁਖਾਵੀ ਘਟਨਾ ਕੀ ਤੇ ਵਿਵਾਪਰ ਸਕਦੀ ਹੈ ਜਿਸ ਦੇ ਮੱਦੇਨਜ਼ਰ ਸਰਹੱਦਾ ਹੱਦਾ ਸਭ ਕੁਝ ਸੀਲ ਕਰ ਦਿੱਤੀਆਂ ਗਈਆਂ ਕੜੇ ਪੈਰੇ ਰੱਖੇ ਗਏ ਪੰਜਾਬ ਪੁਲਿਸ ਜਾਂ ਫਿਰ ਜਿੰਨੀਆਂ ਵੀ ਸਾਡੀਆਂ ਭਾਰਤੀਆਂ ਪੁਲਿਸ ਨੇ ਜਾਂ ਆਰਮੀ ਫੋਰਸਸ ਨੇ ਉਹਨਾਂ ਸਾਰਿਆਂ ਨੂੰ ਬਾਰਡਰਸ ਤੇ ਜਾਂ ਜਿੱਥੇ-ਜਿੱਥੇ ਵੀ ਉਹਦੀ ਡਿਊਟੀ ਬਣਦੀ ਆ ਉੱਥੇ-ਉਥੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਸਾਰੇ ਆਪਣੇ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾ ਰਹੇ ਨੇ ਤੇ ਉਦੋਂ ਵੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਵੀ ਆਪਣਾ ਜਿਹੜਾ ਭਾਸ਼ਣ ਆ ਉਹ ਦੇ ਰਹੇ ਨੇ ਉਹ ਵੀ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ ਗਿਆ ਪਰ ਗੱਲ ਇਹ ਹੈ ਕਿ 74ਵਾਂ ਆਜ਼ਾਦੀ ਦਿਹਾੜਾ ਜਿਹੜਾ ਸਾਡਾ ਮਨਾਇਆ ਜਾ ਰਿਹਾ ਹੈ ਅਰ ਫਿਰ ਵੀ ਜਿਹੜਾ ਅ ਅਸੀਂ ਆਜ਼ਾਦ ਹੁੰਦੇ ਹੋਏ ਵੀ ਸਾਨੂੰ ਜਿਹੜੀ ਗੁਲਾਮੀ ਦੀ ਬੂ ਹੈ ਉਹ ਕਿਤੇ ਨਾ ਕਿਤੇ ਆਉਂਦੀ ਆ ਉਹ ਕਿਉਂ ਆਉਂਦੀ ਆ ਸ਼ਾਇਦ ਅਸੀਂ ਆਜ਼ਾਦ ਨਹੀਂ ਸ਼ਾਇਦ ਜਿਹੜੀਆਂ ਕੁੜੀਆਂ ਨੇ ਉਹ ਸਮਾਜ ਦੇ ਵਿੱਚ ਆਜ਼ਾਦ ਨਹੀਂ ਸ਼ਾਇਦ ਜਿਹੜੇ ਬੇਰੋਜ਼ਗਾਰ ਨੇ ਉਹ ਇੱਦਾਂ ਹੀ ਤੁਰੇ ਫਿਰਦੇ ਨੇ ਸ਼ਾਇਦ ਜਿਹੜੇ ਗਰੀਬ ਲੋਕ ਨੇ ਉਨਾਂ ਨੂੰ ਰੋਟੀ ਤੱਕ ਨਹੀਂ ਨਸੀਬ ਹੁੰਦੀ ਤਾਂ ਪ੍ਰਧਾਨ ਮੰਤਰੀ ਸਾਹਿਬ ਸਾਡੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰ ਜਾਂਦੇ ਨੇ ਪਰ ਅੱਜ ਵੀ ਅਸੀਂ ਇਹ ਫੀਲ ਕਰ ਰਹੇ ਹਾਂ ਕਿ ਅਸੀਂ ਆਜ਼ਾਦ ਮੁਲਕ ਦੇ ਗੁਲਾਮ ਨਾਗਰੀਕਾਂ ਸੋ ਟੈਲੀਸਾਪ ਤੋਟਾ ਇਹ ਸਾਰੇ ਮਾਮਲੇ ਤੇ ਕੀ ਕਹਿਣਾ ਦੇਖੋ ਦੇਸ਼ ਅੱਜ 74ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ 1947 ਦੇ ਵਿੱਚ ਅੱਜ ਦੇ ਦਿਨ ਭਾਰਤ ਅੰਗਰੇਜ਼ਾਂ ਨੂੰ ਮੁਕਤ ਹੋ ਕੇ ਆਜ਼ਾਦ ਹੋਇਆ ਸੀ ਹੂੰ ਔਰ ਬਹੁਤ ਸਾਰੇ ਸੁਪਨੇ ਸਾਡੇ ਆਜ਼ਾਦੀ ਪ੍ਰਵਾਨਿਆਂ ਨੇ ਸੋਚੇ ਸਨ ਹਮ ਸਭ ਤੋਂ ਪਹਿਲਾਂ ਅਸੀਂ ਸਮੁੱਚੇ ਭਾਰਤ ਵਾਸੀਆਂ ਨੂੰ ਔਰ ਜਿੱਥੇ ਵੀ ਭਾਰਤੀ ਬੈਠੇ ਨੇ ਉਹਨਾਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਸੁਪਨਿਆਂ ਨੂੰ ਕਰਕੇ ਦੇਸ਼ ਆਜ਼ਾਦ ਹੋਇਆ ਸੀ ਉਹਨਾਂ ਸੁਪਨਿਆਂ ਦੇ ਉੱਤੇ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦੇ ਉੱਤੇ ਦੇਸ਼ ਪੂਰੀ ਤਰ੍ਹਾਂ ਖੜਾ ਨਹੀਂ ਉਤਰ ਸਕਿਆ ਹਮ ਦੇਸ਼ ਦੇ ਆਗੂਆਂ ਨੇ ਸੁਪਨੇ ਬਹੁਤ ਦਿਖਾਏ ਲੇਕਿਨ ਬਹੁਤ ਸਾਰਾ ਜਿਹੜਾ ਹੈਗਾ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਭਾਸ਼ਣ ਦਿੱਤਾ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਅਸੀਂ ਆਤਮ ਨਿਰਭਰ ਬਣਾਉਣਾ ਹੈ ਹਮ ਸਾਰੇ ਉਤਪਾਦ ਜਾਂ ਜਿਹੜੇ ਕੱਚਾ ਮਾਲ ਅਸੀਂ ਦੂਜੇ ਦੇਸ਼ਾਂ ਤੋਂ ਲੈਨੇ ਆ ਉਹਦੀ ਥਾਂ ਤੇ ਅਸੀਂ ਆਪਣੇ ਦੇਸ਼ ਦੇ ਵਿੱਚ ਇਹ ਸਾਰਾ ਕੁਝ ਕਰਾਂਗੇ ਹਮ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 1966 ਦੇ ਵਿੱਚ ਇੱਥੇ ਹਰੀ ਕ੍ਰਾਂਤੀ ਦਾ ਨਾਅਰਾ ਦਿੱਤਾ ਗਿਆ ਜੀ ਦੇਸ਼ ਅਨਾਜ ਦੇ ਪੱਖੋਂ ਬਾਹਰਲੇ ਸੂਬਿਆਂ ਤੇ ਹੱਥ-ਅੱਡੀ ਬੈਠਾ ਸੀ ਉਹਨਾਂ ਤੇ ਨਿਰਪਰ ਸੀ ਅੱਜ ਇਹ ਸਥਿਤੀ ਬਣ ਗਈ ਹੈ ਕਿ ਦੇਸ਼ ਦੇ ਹੁਕਮਰਾਨਾਂ ਨੂੰ ਕਹਿਣਾ ਪੈ ਗਿਆ ਕਿ 3 ਸਾਲ ਦਾ ਅਨਾਜ ਸਾਡੇ ਭੰਡਾਰਾਂ ਦੇ ਵਿੱਚ ਭਰਿਆ ਪਿਆ ਹੈ ਕੀ ਦੇਸ਼ ਦਾ ਕਿਸਾਨ ਜਿਨ੍ਹਾਂ ਨੇ ਇਸ ਦੇਸ਼ ਨੂੰ ਆਤਮ ਨਿਰਪਰ ਬਣਾਇਆ ਉਹਨਾਂ ਦੀਆਂ ਸਮੱਸਿਆਵਾਂ ਦੂਰ ਹੋ ਗਈਆਂ ਉਲਟਾ ਕਿਸਾਨ ਖੁਦਕਸ਼ੀਆਂ ਦੇ ਰਾਹ ਪਏ ਹੋਏ ਨੇ ਜਿੱਥੇ ਅਸੀਂ ਲਛੇਦਾਰ ਭਾਸ਼ਣ ਬੜਾ ਅਡੀਆਂ ਚੱਕ ਚੱਕ ਕੇ ਦਿੰਨੇ ਆ ਸਾਨੂੰ ਨਾਲ ਨਾਲ ਕੁਝ ਰਿਵਿਊ ਕਰਨੇ ਚਾਹੀਦੇ ਨੇ ਕਿ ਕੀ ਅਸੀਂ ਜਿਹੜੀਆਂ ਗੱਲਾਂ ਕਹਿ ਰਹੇ ਹਾਂ ਜੋ ਸੁਪਨੇ ਸ਼ਹੀਦਾਂ ਨੇ ਸੋਚੇ ਸੀ ਉਹਨਾਂ ਨੂੰ ਸਿਰਜਣ ਵਿੱਚ ਕਾਮਯਾਬ ਹੋ ਗਈਆਂ ਹਮ ਅੱਜ ਗਰੀਬੀ ਭੁੱਖਮਰੀ ਲਗਾਤਾਰ ਸਾਨੂੰ ਮੂੰਹ ਅੱਡੀ ਬੈਠੀ ਹੈ ਬੇਰੁਜ਼ਗਾਰੀ ਦਾ ਵੱਡਾ ਭਗਿਆੜ ਸਾਡੇ ਸਭ ਦੇ ਸਾਹਮਣੇ ਹੈ ਲਗਾਤਾਰ ਜਿਹੜੇ ਸਾਡੇ ਰਾਜ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਹੀ ਸੋਚਿਆ ਕੀ ਦੇਸ਼ ਨੇ ਕਦੇ ਸੋਚਿਆ ਕਿ ਅੱਜ ਜਦੋਂ ਲਾਕਡਾਊਨ ਲਾਉਣਾ ਪੈ ਗਿਆ ਤਾਂ ਕੋਹਾ ਮੀਲ ਦੂਰ ਮਜਦੂਰ ਕੋਈ ਰੇੜੀ ਤੇ ਜਾ ਰਿਹਾ ਹੈ ਕੋਈ ਤੁਰਕੇ ਜਾ ਰਿਹਾ ਹੈ ਕੋਈ ਹਾਦਸਿਆਂ ਚ ਮਰ ਰਿਹਾ ਹੈ ਕੋਈ ਕਿਸੇ ਤਰੀਕੇ ਦੇ ਨਾਲ ਜਾਨ ਗਵਾ ਰਿਹਾ ਹੈ ਲਗਾਤਾਰ ਉਹ ਜਿਹੜੇ ਆ ਸਾਡੇ ਸਾਹਮਣੇ ਆਏ ਕਿ ਦੇਸ਼ ਦੇ ਜਿਹੜੇ ਆਜ਼ਾਦੀ ਪ੍ਰਵਾਨੇ ਸੀ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਰਾਜਗੁਰੂ ਸੁਖਦੇਵ ਜਾਂ ਹੋਰ ਜਿਨ੍ਹਾਂ ਨੇ ਵੀ ਆਜ਼ਾਦੀ ਪ੍ਰਵਾਨਿਆਂ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਦੇ ਵਿੱਚ ਹਿੱਸਾ ਪਾਇਆ ਉਹ ਸਾਰੇ ਜਿਹੜੇ ਨੇ ਅੱਜ ਸੋਚਦੇ ਹੋਣਗੇ ਕਿ ਅਸੀਂ ਇਸ ਤਰ੍ਹਾਂ ਦਾ ਦੇਸ਼ ਸਿਰਜਿਆ ਸੀ ਇਸ ਦੇਸ਼ ਦੇ ਵਿੱਚ ਅੱਜ ਜਾਤੀਵਾਦ ਨੂੰ ਉਭਾਰਾ ਦਿੱਤਾ ਜਾ ਰਿਹਾ ਹੈ ਧਰਮਾਂ ਨਾਲ ਲੜਾਇਆ ਜਾ ਰਿਹਾ ਹੈ ਘਟ ਗਿੰਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ ਇਹ ਗੱਲ ਉਹਨਾਂ ਨੇ ਕਦੇ ਨਹੀਂ ਸੋਚੀ ਸੀ ਕਿ ਇਸ ਤਰ੍ਹਾਂ ਦਾ ਹੋਵੇ ਦੇਸ਼ ਦੇ ਵਿੱਚ ਜਾਤੀ ਦੇ ਆਧਾਰ ਤੇ ਬੋਲੀ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਪਹਿਰਾਵਿਆਂ ਦੇ ਆਧਾਰ ਤੇ ਵੱਡਿਆਂ ਤੇ ਛੋਟਿਆਂ ਦਾ ਜਿਹੜਾ ਆਪਸ ਵਿੱਚ ਦੀ ਪੜਾ ਹੈਗਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਕਈ ਥਾਵਾਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਨੀਵੀਂ ਜਾਤੀ ਵਾਲਿਆਂ ਨੂੰ ਜੇਕਰ ਉਹ ਘੋੜੇ ਤੇ ਵਹਿੰਦੇ ਨੇ ਕੋਈ ਮੋਟਰਸਾਈਕਲ ਤੇ ਲੰਘਦਾ ਕਿਵੇਂ ਉਹਨਾਂ ਨੂੰ ਲਤਾੜਿਆ ਜਾਂਦਾ ਹੈ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਖਾਸ ਕਰ ਅਵਾਰਾ ਡੰਗਰਾਂ ਦੀ ਜਿਹੜੀ ਸਮੱਸਿਆ ਹੈਗੀ ਹੈ ਉਹ ਲਗਾਤਾਰ ਸੜਕਾਂ ਤੇ ਹਾਦਸਿਆਂ ਦਾ ਕਾਰਨ ਬਣਦੀ ਹੈ ਕੀਮਤੀ ਜਾਨਾਂ ਜਾ ਰਹੀਆਂ ਨੇ ਅਵਾਰਾ ਕੁੱਤੇ ਬੱਚਿਆਂ ਨੂੰ ਨੋਚ-ਨੋਚ ਕੇ ਖਾ ਰਹੇ ਨੇ ਇਹ ਜਿਹੜੇ ਇਹਨਾਂ ਅਵਾਰਾ ਕੁੱਤਿਆਂ ਨੂੰ ਜਾਂ ਅਵਾਰਾ ਡੰਗਰਾਂ ਦੀ ਅਜੇ ਤੱਕ ਅਸੀਂ ਸੰਭਾਲ ਨਹੀਂ ਕਰ ਸਕੇ ਕਿਸਾਨਾਂ ਦੇ ਧੜਿਆਂ ਵਿੱਚ ਲੜਾਈਆਂ ਹੁੰਦੀਆਂ ਨੇ ਇੱਕ ਪਿੰਡ ਵਾਲਾ ਦੂਜੇ ਪਿੰਡ ਦੇ ਨਾਲ ਲੜਦਾ ਹੈ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਫੈਲ ਗਈ ਹੈ ਦੇਸ਼ ਦੀ ਆਬਾਦੀ ਲਗਾਤਾਰ ਵੱਧਦੀ ਜਾ ਰਹੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਉਹਦੇ ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਇਹ ਸਾਰਾ ਕੁਝ ਜਿਹੜਾ ਅਸੀਂ ਸਾਨੂੰ ਕੰਟਰੋਲ ਕਰਨਾ ਚਾਹੀਦਾ ਪਰ ਅਸੀਂ ਕੀਤਾ ਨਹੀਂ ਅੱਜ ਪ੍ਰਧਾਨ ਮੰਤਰੀ ਸਾਹਿਬ ਭਾਵੇਂ ਕਹਿ ਰਹੇ ਨੇ ਕਿ ਸਾਨੂੰ ਬੱਕ ਬੱਕ ਖੇਤਰਾਂ ਦੇ ਵਿੱਚ ਆਤਮ ਨਿਰਪਰ ਕਰਨ ਦੀ ਜ਼ਰੂਰਤ ਐ ਪਰ ਉਸ ਆਤਮ ਨਿਰਪਰ ਵਾਸਤੇ ਕਾਗਜੀ ਪੱਤਰੀ ਤੁਸੀਂ ਬੜਾ ਕੁਝ ਕਹਿ ਦਿੱਤਾ ਕਾਗਜੀ ਪੱਤਰਾ ਦੇ ਵਿੱਚ ਮੇਰਾ ਖਿਆਲ ਆ ਵੀ ਦੇਸ਼ ਨੂੰ ਸਿਰੇ ਤੇ ਪਹੁੰਚਾ ਦਿੱਤਾ ਪਰ ਜਦੋਂ ਜਮੀਨੀ ਹਕੀਕਤ ਅਸੀਂ ਦੇਖਦੇ ਆ ਤਾਂ ਅਜੇ ਵੀ ਜਿਹੜੀਆਂ ਬੁਨਿਆਦੀ ਸਮੱਸਿਆਵਾਂ ਨੇ ਲੋਕਾਂ ਦੀਆਂ ਬਹੁਤ ਸਾਰੇ ਲੋਕਾਂ ਨੂੰ ਖਾਣ ਵਾਸਤੇ ਰੋਟੀ ਨਹੀਂ ਮਿਲਦੀ ਛੱਤਾਂ ਨਹੀਂ ਮਿਲਦੀਆਂ ਖੁੱਲੇ ਅਸਮਾਨਾਂ ਦੇ ਹੇਠਾਂ ਰਾਤਾਂ ਕੱਟਦੇ ਨੇ ਬਹੁਤ ਸਾਰੇ ਲੋਕ ਮਤਲਬ ਬੇਰੁਜ਼ਗਾਰੀ ਦਾ ਜਿਹੜਾ ਹੈਗਾ ਬੇਲੇ ਬੈਠੇ ਨੇ ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਰਹਿਣ ਨੂੰ ਕੋਈ ਥਾਂ ਨਹੀਂ ਹੈਗਾ ਇਹ ਸਾਰੀਆਂ ਸਮੱਸਿਆਵਾਂ ਕੀ ਅਸੀਂ ਆਤਮ ਨਿਰਪਰ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਸੁਪਨਾ ਲੋਕਾਂ ਨੂੰ ਦਿਖਾ ਰਹੇ ਨੇ ਹੁਣ ਤੱਕ ਉਹਦੇ ਵਿੱਚ ਕਿੰਨਾ ਕੰਮ ਕੀਤਾ ਪ੍ਰਧਾਨ ਮੰਤਰੀ ਸਾਹਿਬ ਜੋ ਪਿਛਲੇ 73ਵੇਂ ਆਜ਼ਾਦੀ ਦਿਵਸ ਤੇ ਉਹਨਾਂ ਨੇ ਐਲਾਨ ਕੀਤਾ ਸੀ ਕੀ ਅਸੀਂ ਅੱਜ ਉਹ ਸਾਰੀਆਂ ਗੱਲਾਂ ਪੂਰੀਆਂ ਕਰ ਲੀਆਂ ਨੇ ਇਹ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸਣ ਦੀ ਜ਼ਰੂਰਤ ਹੈਗੀ ਹੈ ਕਿ ਅੱਜ ਔਕੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਜੋ ਗੱਲਾਂ ਅਸੀਂ ਸੁਪਨੇ ਲੋਕਾਂ ਨੂੰ ਦਿਖਾਏ ਉਹਨਾਂ ਨੂੰ ਹਕੀਕਤਾਂ ਵਿੱਚ ਬਦਲ ਦੇ ਲਈ ਕਿੰਨਾ ਕੰਮ ਕੀਤਾ ਇਹ ਵੀ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈਗੀ ਸੀ ਜੀ ਬਿਲਕੁਲ ਤੇ ਕੁੱਲ ਮਿਲਾ ਕੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ 74ਵਾਂ ਆਜ਼ਾਦੀ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਬੜੇ ਹੀ ਜਗ੍ਹਾ ਤੇ ਫੱਟੇ ਵੱਡੇ ਸਮਾਗਮ ਜਿਹੜੇ ਉਵੀ ਰੱਖੇ ਗਏ ਨੇ ਪਰ ਬਹੁਤ ਸਾਰਾ ਖੁਸ਼ ਹੈ ਹਲੇ ਜਿਹੜਾ ਸਾਡਾ ਕਰਨ ਨੂੰ ਬਾਕੀ ਹੈ 76 ਸਾਲਾਂ ਤੋਂ ਬੇਸ਼ੱਕ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਆਜ਼ਾਦ ਹਾਂ ਅਸੀਂ ਅੰਗਰੇਜ਼ਾਂ ਤੋਂ ਤਾਂ ਆਜ਼ਾਦੀ ਪਾ ਲਈ ਹੈ ਪਰ ਅਸੀਂ ਜਿਹੜੇ ਆਪਣੇ ਹੀ ਦੇਸ਼ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਜਿਹੜੀ ਗੁਲਾਮੀ ਹੈ ਉਹ ਜ਼ਰੂਰ ਭੁਗਤ ਰਹੇ ਆ ਤੇ ਨਾਲ ਨਾਲ ਹੀ ਬੀਤੇ ਦਿਨੀ ਟੇਲ ਸਾਹਿਬ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਆਮਦਨ ਕਰ ਦੀ ਜਿਹੜੀ ਪ੍ਰਣਾਲੀ ਹੈ ਉਹਦੇ ਬਾਰੇ ਜਿਹੜੀ ਨਵੀਂ ਨੀਤੀ ਹੈ ਉਹਦਾ ਵੀ ਐਲਾਨ ਕੀਤਾ ਗਿਆ ਤਾਂ ਖਾਸ ਕਰਕੇ ਉੱਥੇ ਇੱਕ ਗੱਲ ਬੜੀ ਹਾਸੋਹੀਣੀ ਆਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਦੇਸ਼ ਦੀ ਜਿੰਨੀ ਵੀ ਆਬਾਦੀ ਹੈ ਉਸ ਦੇ ਮੁਕਾਬਲੇ ਜਿਹੜੇ ਲੋਕ ਨੇ ਉਹ ਬਹੁਤ ਘੱਟ ਟੈਕਸ ਪੇ ਕਰ ਰਹੇ ਨੇ ਤਾਂ ਇਹਦੇ ਵਿੱਚ ਮਤਲਬ ਦੇਖਣ ਦੇ ਵਿੱਚ ਇਹ ਆਇਆ ਕਿ ਬਹੁਤ ਸਾਰਾ ਸਾਡਾ ਜਿਹੜਾ ਦੇਸ਼ ਦਾ हिस्सा ਉਹ غلامੇ ਕਹਿ ਲਈਏ ਉਹ ਗਰੀਬੀ ਕਹਿ ਲਈਏ ਉਹਦੀ ਦਰ ਤੋਂ ਬਹੁਤ ਹੇਠਾਂ ਹੈ ਤਾਂ ਜਿਹੜੇ ਲੀਡਰ ਨੇ ਉਹ ਆਮਦਨ ਕਰ ਕਿਤੇ ਨਾ ਕਿਤੇ ਲੁਕਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਆਮ ਲੋਕਾਂ ਦੀ ਪ੍ਰਧਾਨ ਮੰਤਰੀ ਸਾਹਿਬ ਕੀਹੜੀ ਗੱਲ ਕਰਦੇ ਨੇ ਤੁਸੀਂ ਇਹਦੇ ਬਾਰੇ ਥੋੜਾ ਜਿਆਦਾ ਦਰਸ਼ਕਾਂ ਨੂੰ ਜੜੀ ਜਾਣਨਾ ਪਊ ਜਿਹੜੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਆਖੀ ਹੈ ਕਿ ਨਵੀਂ ਟੈਕਸ ਪ੍ਰਣਾਲੀ ਹਮ ਅਸੀਂ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਨੇ ਛੇਸਲੈਸ ਹਮ ਪਹਿਲਾਂ ਆਮਦਨ ਕਰ ਵਿਭਾਗ ਵਾਲਿਆਂ ਤੋਂ ਲਗਾਤਾਰ ਲੋਕਾਂ ਦੇ ਵਿੱਚ ਖੋਪ ਸੀ ਜੀ ਉਹਨਾਂ ਦਾ ਹੂਆ ਲੋਕਾਂ ਦੇ ਉੱਤੇ ਬਰਕਰਾਰ ਸੀ ਹਮ ਪ੍ਰਧਾਨ ਮੰਤਰੀ ਸਾਹਿਬ ਆਪ ਦੀ ਗੱਲ ਵਿੱਚ ਆਪ ਹੀ ਮੰਨ ਗਏ ਹਮ ਕਦੇ 1 ਕਰੋੜ 1 ਕਰਬ ਤੇ 30 ਕਰੋੜ ਕਹਿੰਦੇ ਆ ਕਦੇ 35 ਕਹਿੰਦੇ ਆ ਹੋ ਸਕਦਾ ਇਹ ਜਨਗਣਨਾ ਜੇ ਕੀਤੀ ਜਾਵੇ ਤਾਂ ਭਾਰਤ 1 ਕਰਬ 40 ਕਰੋੜ ਤੋਂ ਵੱਧ ਹੋਵੇ ਜੀ ਉਹਨਾਂ ਨੇ ਕਿਹਾ ਕਿ ਸਿਰਫ 1% ਹਮ 1 ਕਰੋੜ 30 ਲੱਖ ਵਿਅਕਤੀ ਹੀ ਅਜੇ ਤੱਕ ਆਮਦਨ ਘਰ ਦੇ ਦਾਇਰੇ ਦੇ ਵਿੱਚ ਆਏਗਾ ਜੀ ਜੇ ਇੰਨਾ ਘੱਟ ਆਇਆ ਤਾਂ ਇਹ ਆਮਦਨ ਕਰ ਵਿਭਾਗ ਜਿਹੜਾ ਬਣਾਇਆ ਹੋਇਆ ਇਹ ਫਿਰ ਚਿੱਟਾ ਹਾਥੀ ਬੰਨਿਆ ਕਾਦੇ ਵਾਸਤੇ ਐ ਜੇ ਇਹਨਾਂ ਨੇ ਵੱਧ ਗਿਣਤੀ ਵਿੱਚ ਨਹੀਂ ਲਿਆਉਣਾ ਮੈਂ ਬਹੁਤ ਵਾਰੀ ਗੱਲ ਕਰਦਾ ਹੁਣਾ ਕਿ ਜਿਹੜੀਆਂ ਆਮਦਨ ਕਰਦੀਆਂ ਹੱਦਾਂ ਅਸੀਂ ਮਿੱਥੀਆਂ ਨੇ ਉਹ ਬਹੁਤ ਨੀਵੇਂ ਪੱਧਰ ਦੇ ਉੱਤੇ ਮਿੱਥੀਆਂ ਨੇ ਹੁਣ ਕਹਤਾ ਠੀਕ ਆ ਜੀ 5 ਲੱਖ ਤੱਕ ਕੋਈ ਨਹੀਂ ਐਸ ਤੋਂ ਪਹਿਲਾਂ ਇਹ 2.5 ਲੱਖ ਹੁੰਦੀ ਸੀ ਜੀ ਮੈਂ ਕਹਿੰਦਾ ਕਿ ਤੁਸੀਂ ਆਮ ਜੇ 5 ਲੱਖ ਤੱਕ ਕੋਈ ਆਮਦਨ ਕਰਨੀ ਉਸ ਤੋਂ ਬਾਅਦ ਅਗਲੇ 10 ਲੱਖ ਤੇ ਤੁਸੀਂ 10% ਕਰ ਦਿਓ ਜੀ ਅੱਜ ਜੇ 10% ਉਸ ਤੇ ਕਰੋਗੇ ਤਾਂ 1 ਲੱਖ ਦੇ ਕੇ 14 ਲੱਖ ਰੁਪਇਆ ਬੰਦੇ ਦਾ ਵਾਈਟ ਬਣ ਗਿਆ ਹਮ ਹੁਣ ਬੰਦੇ ਦੀ ਜਿਹੜੀ ਖਰੀਦਣ ਦੀ ਸਮਰਥਾ ਹੈ ਹਮ ਉਹ ਪ੍ਰਾਣੀ ਲਿਮਟ ਦੇ ਮੁਤਾਬਕ ਕੀਤੀ ਜਾ ਰਹੀ ਹੈ ਜੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਆਮਦਨ ਦਾ ਕਰ ਦੇ Daire ਦੇ ਵਿੱਚ ਲੈ ਕੇ ਆਵਾਂਗੇ ਤਾਂ ਉਹਦੇ ਨਾਲ ਦੇਸ਼ ਵਿੱਚ ਜਿਹੜੀ ਟੈਕਸ ਇਕੱਠਾ ਕਰਨ ਦੀ ਦਾਰਾ ਇਹ ਵਧੇਗੀ ਔਰ ਲੋਕਾਂ ਦੇ ਵਿੱਚ ਫਖਰ ਹੋਏਗਾ ਕਿ ਮੈਂ ਇਹ ਟੈਕਸ ਪ੍ਰਾਪਤ ਮਤਲਬ ਅਦਾ ਕਰ ਰਿਹਾ ਹਾਂ ਜੇ ਲੋਕ 2.5 ਤੇ 3 ਲੱਖ ਦੀ ਥਾਂ ਤੇ 10 ਲੱਖ ਤੋਂ ਵੱਧ ਜਾਣਗੇ ਜਦੋਂ ਹੋਰ ਖਰੀਦਦਾਰੀਆਂ ਕਰਨਗੇ ਉੱਥੇ ਤਾਂ ਤੁਹਾਨੂੰ ਟੈਕਸ ਦੇਣਗੇ ਸਾਡੇ ਟੈਕਸ ਪ੍ਰਣਾਲੀਆਂ ਦੇ ਵਿੱਚ ਬਹੁਤ ਸਾਰੇ ਚੋਰ ਮੋਰੀਆਂ ਬਣਾਈਆਂ ਹੋਈਆਂ ਨੇ ਇਸ ਕਰਕੇ ਲੋਕ ਆਮਦਨ ਕਰ ਦਾਇਰੇ ਦੇ ਵਿੱਚ ਨਹੀਂ ਆਉਂਦੇ ਲੋਕਾਂ ਨੂੰ ਇੰਜ ਲੱਗਦਾ ਹੈ ਕਿ ਜੇ ਅਸੀਂ ਆਮਦਨ ਕਰ ਦਾਇਰੇ ਦੇ ਵਿੱਚ ਆ ਗਏ ਤਾਂ ਜਿਹੜਾ ਆਮਦਨ ਕਰ ਵਿਭਾਗ ਹੈ ਉਹਦੇ ਅਧਿਕਾਰੀ ਸਾਨੂੰ ਬਾਰ ਬਾਰ ਆ ਕੇ ਤੰਗ ਕਰਨਗੇ ਪਰੇਸ਼ਾਨ ਕਰਨਗੇ ਇਹ ਪੁੱਛਣਗੇ ਤੁਸੀਂ ਇਹ ਪੈਸਾ ਲੈ ਕੇ ਕਿੱਥੋਂ ਆਇਓ ਕਿੱਥੋਂ ਜਿਹੜੇ ਲੋਕਾਂ ਦੇ ਕੋਲੇ 2 ਨੰਬਰ ਦਾ ਕਾਲਾ ਤਨ ਪਿਆ ਉਹਨਾਂ ਦੇ ਤੱਕ ਪਹੁੰਚ ਕੋਈ ਨਹੀਂ ਕਰਦਾ ਜਿਹੜੇ ਲੋਕਾਂ ਆਪਦੀ ਤਨਖਾਹਾਂ ਦੇ ਵਿੱਚੋਂ ਆਮਦਨ ਕਰ ਅਦਾ ਕਰਦੇ ਨੇ ਬਾਰ ਬਾਰ ਉਹਨਾਂ ਨੂੰ ਘੇਰਿਆ ਜਾ ਰਿਹਾ ਜੇ ਇਹ ਫੇਸਲੈਸ ਵਾਲਾ ਪ੍ਰਧਾਨ ਮੰਤਰੀ ਸਾਹਬ ਨੇ ਨਵੀਂ ਨੀਤੀ ਲਿਆਂਦੀ ਹੈ ਉਹਨਾਂ ਨੇ ਦਾਵਾ ਕੀਤਾ ਕਿ ਭਵਿੱਖ ਦੇ ਵਿੱਚ ਆਮਦਨ ਕਰ ਵਿਭਾਗ ਬਿਨਾ ਮਤਲਬ ਤੋਂ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਜੇ ਇਸ ਤਰ੍ਹਾਂ ਦੀ ਸਥਿਤੀ ਆਵੇਗੀ ਤਾਂ ਨਵਦੀਪ ਸਹਿਜ ਹੈ ਕਿ ਆਮਦਨ ਕਰ ਦੇ ਜਿਹੜੇ ਦਾਤਾ ਨੇ ਆਮਦਨ ਕਰ ਦਾਤਾ ਉਹਨਾਂ ਦੀ ਗਿਣਤੀ ਵਧੇਗੀ ਅਜੇ ਤੱਕ ਤਾਂ ਅਸੀਂ ਤੀਜਾ ਹਿੱਸੇ ਤੇ ਵੀ ਨਹੀਂ ਲੈ ਕੇ ਜਾ ਸਕੇ ਦੂਜੇ ਹਿੱਸੇ ਚੌਥੇ ਹਿੱਸੇ ਤੇ ਵੀ ਨਹੀਂ ਲੈ ਕੇ ਜਾ ਸਕੇ ਸਿਰ ਇੱਕ ਜਾਂ 1.5% ਲੋਕ ਹੈ ਜਿਹੜੇ 3% ਲੋਕ ਹੈ ਉਹ 3% ਲੋਕ ਹੈ ਜਿਹੜੇ 3.5% ਉਹ ਆਮਦਨ ਕਰ ਅਦਾ ਕਰਦੇ ਨੇ ਭਰਦੇ ਨੇ ਲੋੜ ਇਹ ਹੈਗੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਮਦਨ ਕਰ ਵਿਭਾਗ ਆਮਦਨ ਕਰ ਦੇ ਹੇਠਾਂ ਲਿਆਂਦਾ ਜਾਵੇ ਲੋਕਾਂ ਵਿੱਚ ਵੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਅਸੀਂ ਥਾਂ ਥਾਂ ਤੇ ਟੈਕਸ ਬਚਾਉਣ ਦਾ ਯਤਨ ਕਰਦੇ ਆ ਵਿਦੇਸ਼ਾਂ ਦੇ ਵਿੱਚ ਲੋਕ ਫਖਰ ਨਾਲ ਟੈਕਸ ਦਿੰਦੇ ਨੇ ਤੇ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਇੱਥੇ ਅਸੀਂ ਪੈਰ ਪੈਰ ਤੇ ਟੈਕਸ ਚੋਰੀ ਕਰਨ ਵਾਲੇ ਪਾਸੇ ਨੂੰ ਜਾਦਾ ਜਾਣਦੇ ਆ ਹੁਣ ਕਿਹਾ ਤਾਂ ਇਹ ਗਿਆ ਸੀ ਕਿ ਪੂਰੇ ਮੁਲਕ ਦੇ ਵਿੱਚ ਇੱਕੋ ਟੈਕਸ ਪ੍ਰਣਾਲੀ ਲਿਆਂਦੀ ਜਾਵੇਗੀ ਜੀਐਸਟੀ ਜੀ ਪਰ ਉਸ ਤੋਂ ਆਉਣ ਤੋਂ ਬਾਅਦ ਕਿੰਨਾ ਕੁ ਪੈਸਾ ਲੋਕਾਂ ਦਾ ਸਾਡੇ ਕੋਲੇ ਵਧਿਆ ਇਥੋਂ ਤੱਕ ਕਿ ਜਿਹੜੀਆਂ ਪ੍ਰਮੁੱਖ ਵਸਤਾਂ ਸਨ ਪੈਟਰੋਲ ਤੇ ਡੀਜ਼ਲ ਉਹਨਾਂ ਨੂੰ ਜੀਐਸਟੀ ਦੇ ਘੇਰੇ ਦੇ ਵਿੱਚ ਨਹੀਂ ਲਿਆਂਦਾ ਫਿਰ ਗੱਲ ਉਹੀ ਆ ਗਈ ਕਿ ਅਸੀਂ ਗੱਲਾਂ ਕੁਛ ਕਰਦੇ ਆਂ ਅਮਲ ਕੁਛ ਕਰਦੇ ਆਂ ਇਸ ਕਰਕੇ ਚੰਗਾ ਇਹ ਹੋਵੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਮਦਨ ਕਰ ਦਾਇਰੇ ਦੇ ਵਿੱਚ ਲਿਆਂਦਾ ਜਾਵੇ ਜੇ ਵੱਧ ਤੋਂ ਵੱਧ ਲੋਕ ਆਮਦਨ ਕਰ ਦਾਇਰੇ ਦੇ ਵਿੱਚ ਆਉਣਗੇ ਉਹਨਾਂ ਦੀ ਆਮਦਨ ਵਧਾਈ ਜਾਵੇ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਜੇ 5 ਲੱਖ ਤੱਕ ਕੋਈ ਟੈਕਸ ਨਹੀਂ ਅਗਲੇ 10 ਲੱਖ ਤੇ ਸਿਰ 5% ਜਾਂ 10% ਕਰ ਦਿੱਤਾ ਜਾਵੇ ਤਾਂ ਜੋ ਉਹ ਜਿਹੜੇ ਲੋਕ ਹੈਗੇ ਵੱਧ ਤੋਂ ਵੱਧ ਟੈਕਸ ਦਾਇਰੇ 'ਚ ਆਉਣਗੇ ਜੇ ਉਹ ਵੱਧ ਤੋਂ ਵੱਧ ਟੈਕਸ ਦਾਇਰੇ 'ਚ ਆਉਣਗੇ ਨਵਦੀਪ ਤਾਂ ਉਹ ਲੋਕ ਜਿਹੜੇ ਹੈ ਮਤਲਬ ਦੇਸ਼ ਦੇ ਵਿੱਚ ਆਮਦਨ ਕਰ ਵੱਧ ਕੱਤਰ ਹੋਵੇਗਾ ਵੱਧ ਕੱਤਰ ਹੋਵੇਗਾ ਤਾਂ ਦੇਸ਼ ਦੇ ਵਿੱਚ ਜਿਹੜਾ ਵਿਕਾਸ ਦੇ ਰਾਹ ਹੋਰ ਖੁੱਲਣਗੇ ਪਰ ਲੋਕਾਂ ਨੂੰ ਇਹ ਦਰਸਾਇਆ ਜਾਵੇ ਕਿ ਜੇ ਤੁਸੀਂ ਆਪਦੀ ਆਮਦਨ ਸ਼ੋਅ ਕਰਦੇ ਹੋ ਤੁਹਾਨੂੰ ਕਿਸੇ ਕਿਸਮ ਦੀ ਤੰਗੀ ਪਰੇਸ਼ਾਨੀ ਨਹੀਂ ਆਵੇਗੀ ਇਥੋਂ ਤੱਕ ਕਿ ਜਿਹੜੇ ਲੋਕ ਆਮਦਨ ਕਰ ਇਮਾਨਦਾਰੀ ਨਾਲ ਅਦਾ ਕਰ ਰਹੇ ਨੇ ਭਾਵੇਂ ਥੋੜਾ ਹੀ ਕਰ ਰਹੇ ਨੇ ਆਮਦਨ ਕਰ ਵਿਭਾਗ ਵੱਲੋਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇਣੇ ਚਾਹੀਦੇ ਹੈ ਕਿ ਤੁਸੀਂ ਦੇਸ਼ ਦੇ ਡਵੈਲਪਮੈਂਟ ਦੇ ਵਿੱਚ ਹਿੱਸਾ ਪਾ ਰਹੇ ਹਾਂ ਇਹ ਤਾਂ ਇਹਦਾ ਹੋਵੇਗਾ ਜੇ ਇਮਾਨਦਾਰੀ ਦੇ ਨਾਲ ਆਮਦਨ ਕਰ ਵਿਭਾਗ ਦੇ ਵਿੱਚ ਸਾਰੇ ਅਧਿਕਾਰੀ ਮਾੜੇ ਨਹੀਂ ਬਹੁਤ ਸਾਰੇ ਚੰਗੇ ਚੰਗੇ ਅਧਿਕਾਰੀ ਵੀ ਹੈਗੇ ਨੇ ਜਿਹੜੇ ਲੋਕਾਂ ਨਾਲ ਰابطਾ ਕਰਦੇ ਨੇ ਲੋਕਾਂ ਨੂੰ ਪ੍ਰੇਰਦੇ ਨੇ ਕਿ ਤੁਸੀਂ ਆਮਦਨ ਕਰ ਦਾਇਰੇ ਦੇ ਵਿੱਚ ਆਓ ਜੇ ਹੁਣ ਪ੍ਰਧਾਨ ਮੰਤਰੀ ਸਾਹਿਬ ਇਸ ਚੀਜ਼ ਨੂੰ ਲੈ ਕੇ ਆਏ ਨੇ ਤਾਂ ਉਹ ਇਸ ਗੱਲ ਦਾ ਸੰਕਲਪ ਦਵਾਉਣ ਕਿ ਆਮਦਨ ਕਰ ਜਦੋਂ ਅਗਲੀ ਵਾਰੀ 1 ਸਾਲ ਤੋਂ ਬਾਅਦ ਆਪਾਂ ਕੱਤਰ ਹੋਈਏ ਤਾਂ ਕਰਦਾਤਾਵਾਂ ਦੀ ਜਿਹੜੀ ਗਿਣਤੀ ਹੈ ਉਹ ਬਧੀ ਨਜ਼ਰ ਆਵੇ ਔਰ ਇਹ ਪ੍ਰਣਾਲੀ ਨੂੰ ਸਰਲ ਕੀਤਾ ਜਾਵੇ ਇਹਨਾਂ ਦੀਆਂ ਜਿਹੜੀਆਂ ਸਾਈਟਾਂ ਨੇ ਉਹਨਾਂ ਨੂੰ ਸਰਲ ਕੀਤਾ ਜਾਵੇ ਜਿਹੜੀ ਨਵੀਂ GST ਪ੍ਰਣਾਲੀ ਲਾਗੂ ਕੀਤੀ ਹੈ ਉਹਦੇ ਵਿੱਚ ਹੁਣ ਤੱਕ 300 ਤਰਮੀਮਾਂ ਕੀਤੀਆਂ ਜਾ ਚੁੱਕੀਆਂ ਨੇ ਜੇ ਇਹ ਤਰਮੀਮਾਂ ਬਾਅਦ ਤੋਂ ਬਾਅਦ ਕਰਦੇ ਆ ਤਾਂ ਪਹਿਲਾਂ ਹੀ ਲੋਕਾਂ ਨੂੰ ਜਿਹੜੇ ਚਾਰਟਰਡ ਅਕਾਊਂਟੈਂਟ ਨੇ ਤੇ ਹੋਰਾਂ ਨੂੰ ਇਹਦੇ ਨਾਲ ਸੰਬੰਧਿਤ ਵਕੀਲਾਂ ਨੂੰ ਉਹਨਾਂ ਦੀ رائے ਲੈ ਲਈ ਜਾਂਦੀ ਕਿ ਆ ਅਸੀਂ ਲਾਗੂ ਕਰਨ ਲੱਗੇ ਆ ਜੇ ਤੁਹਾਨੂੰ ਤਰੁੱਟੀਆਂ ਨਜ਼ਰ ਆਉਂਦੀਆਂ ਨੇ ਤਾਂ ਉਹ ਪਹਿਲਾਂ ਹੀ ਸੋਧ ਕੇ ਲਾਗੂ ਕੀਤੀਆਂ ਆਉਂਦੀਆਂ ਤਾਂ ਵਧੀਆ ਸੀ ਅਜੇ ਤੱਕ ਵੀ ਜੀਐਸਟੀ ਪ੍ਰਣਾਲੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਤਰੁੱਟੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਜੀ ਬਿਲਕੁਲ ਤੇ ਤਰੁੱਟੀਆਂ ਤਾਂ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਨੇ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਵੱਡੇ ਵੱਡੇ ਐਲਾਨ ਕਰ ਜਾਂਦੇ ਨੇ ਜਦੋਂ ਕਿ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਕਿਆ ਚੱਲ ਸੀ ਕਿ ਜਿਹੜਾ ਸਾਡਾ ਕਾਲਾ ਧਨ ਹੈ ਵਿਦੇਸ਼ਾਂ ਦੇ ਵਿੱਚ ਗਿਆ ਹੋਇਆ ਉਸ ਨੂੰ ਜਲਦੋਂ ਜਲਦ ਵਾਪਸ ਲਿਆਂਦਾ ਜਾਵੇਗਾ ਤੇ ਸਾਰੇ ਹੀ ਜਿਹੜੇ ਭਾਰਤੀ ਨੇ ਉਹਨਾਂ ਦੇ ਖਾਤੇ ਖਲਾਈਏ ਦੇਖੀ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸਾ ਪਾਇਆ ਜਾਵੇਗਾ ਤਾਂ ਖਾਤੇ ਖੁਲਾਉਣ ਦੇ ਮੈਨੂੰ ਲੱਗਦਾ ਜਿਹੜੇ 10-10 ਜਾਂ 50000 ਰੁਪਏ ਉਹ ਜ਼ਰੂਰ ਲੈ ਲਏਗੇ ਉਹਨਾਂ ਤੋਂ ਜਿਹੜਾ 10-10 ਦੇ ਹਿਸਾਬ ਨਾਲ ਪੈਸਾ ਜ਼ਰੂਰ ਇਕੱਠਾ ਕਰ ਲਿਆ ਗਿਆ ਪਰ ਹਲੇ ਤੱਕ ਉਹ ਪੈਸਾ ਨਹੀਂ ਆਇਆ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿਉਂਕਿ ਸਾਡੇ ਦੇਸ਼ ਦੇ ਵਿੱਚੋਂ ਨੌ ਹਲੇ ਵੀ ਉਹ ਨਾਮ ਨੇ ਜਿਹੜੇ ਕਿ ਦੇਸ਼ ਦੇ ਵਿੱਚੋਂ ਭਗੌੜਾ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਫਸ ਗਏ ਨੇ ਤੇ ਕਰੋੜਾਂ ਰੁਪਈਆਂ ਦਾ ਕਪੜਾ ਕਰ ਗਏ ਨੇ ਜਿਹੜੇ ਆਪਣੇ ਬਹੁਤ ਸਾਰੀਆਂ ਚੀਜ਼ਾਂ ਨੂੰ ਜਿੰਨੇ ਉਹਨਾਂ ਨੇ ਖਤਮ ਕਰ ਦਿੱਤਾ ਬਹੁਤ ਸਾਰੇ ਅਦਾਰਿਆਂ ਨੂੰ ਲੈ ਕੇ ਜਿਹੜੇ ਆਪਾਂ ਕਹਿੰਦੇ ਕੇਂਦਰ ਤੋਂ ਜਾਂ ਫਿਰ ਆਪਾਂ ਕਹਿੰਦੀ ਹੈ ਕਿ ਰਿਜ਼ਰਵ ਬੈਂਕ ਤੋਂ ਬਹੁਤ ਸਾਰੇ ਫੰਡ ਉਹਨਾਂ ਨੇ ਲਏ ਤਾਂ ਉਸ ਤੋਂ ਬਾਅਦ ਸਭ ਕੁਝ ਹੀ ਤਹਸ ਨਸ ਕਰਕੇ ਉਹ ਬਾਹਰਲੇ ਮੁਲਕਾਂ ਵੱਲ ਲੰਘ ਗਏ ਤਾ ਉਹਦੇ ਵਿੱਚ ਮਤਲਬ ਕਿ ਬਹੁਤ ਕੁਝ ਅਸੀਂ ਅਜਿਹਾ ਕਹਿ ਸਕਦੇ ਆ ਕਿ ਸਰਕਾਰ ਵਾਅਦੇ ਤਾਂ ਬਹੁਤ ਕਰਦੀ ਹੈ ਤਾਂ ਜੇ ਉਹਨਾਂ ਵੱਡੇ ਮગરਮੱਛਾਂ ਨੂੰ ਨਕੇਲ ਪਾਈ ਜਾਂਦੀ ਜੇ ਉਹਨਾਂ ਵੱਡੇ ਮગરਮੱਛਾਂ ਨੂੰ ਨੱਥ ਪਾਈ ਜਾਂਦੀ ਤਾਂ ਸ਼ਾਇਦ ਦੇਸ਼ ਦਾ ਕੋਈ ਨਾ ਕੋਈ ਸੁਧਾਰ ਹੋ ਸਕਦਾ ਸੀ ਨਹੀਂ ਫਿਰ ਗਰੀਬ ਜਨਤਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਤਾ ਨਹੀਂ ਕੀ ਲੱਭ ਰਹੇ ਨੇ ਕਹਿੰਨੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ 2014 ਦੇ ਵਿੱਚ ਜਦੋਂ ਪੰਜਾਬ ਦੇ ਜਦੋਂ ਨਰਿੰਦਰ ਮੋਦੀ ਹੋਂਦ ਦੇ ਵਿੱਚ ਆਏ ਨੇ ਉਹਨਾਂ ਨੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਪਹਿਲਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਕਾਲਾ ਧਨ ਪਿਆ ਉਹ ਸਾਰਾ ਇਕੱਤਰ ਕਰਕੇ ਲੈ ਕੇ ਆਵਾਂਗੇ ਤੇ 5-5 ਲੱਖ ਰੁਪਈਆ ਹਰੇਕ ਬੰਦੇ ਦੇ ਖਾਤੇ ਦੇ ਵਿੱਚ ਆ ਜਾਵੇਗਾ ਜਨਤਨ ਯੋਜਨਾ ਅਧੀਨ ਖਾਤੇ ਜ਼ੀਰੋ ਬੈਲੈਂਸ ਦੇ ਉੱਤੇ ਖੁੱਲੇ ਗਏ ਪਰ ਲੋਕਾਂ ਨੂੰ ਉਮੀਦ ਸੀ ਕਿ ਚਲੋ 5-5 ਲੱਖ ਤਾਂ ਨਹੀਂ ਹੋ ਸਕਦਾ 50 ਹਜ਼ਾਰ ਰੁਪਈਆ ਹੀ ਆ ਜਾਣ ਜਾਂ 5-500 ਰੁਪਈਏ ਆ ਜਾਣ ਉਹ ਵੀ ਨਹੀਂ ਪਾਇਆਗਾ ਇਹਦੇ ਉਲਟ ਨੀਰ ਮੋਦੀ ਹਮ ਕਿੰਨੇ ਹੀ ਮੋਦੀ ਨੇ ਇਹ ਹਮ ਹਾਂਜੀ ਲਹਿਲ ਮੋਦੀ ਹਮ ਵਿਜੇ ਮਾਲੀਆ ਵਿਜੇ ਮਾਲੀਆ ਹੋਰ ਕਈ ਜਿਹੜੇ ਕਰੋੜਾਂ ਰੁਪਏ ਢ ਘਾਰ ਕੇ ਵਿਦੇਸ਼ਾਂ ਦੇ ਵਿੱਚ ਜਾ ਬੈਠੇ ਨੇ ਜੀ ਉਹਨਾਂ ਨੂੰ ਲਿਆਉਣ ਦਾ ਕੋਈ ਯਤਨ ਨਹੀਂ ਹੋ ਰਿਹਾ ਤੇ ਲੋਕਾਂ ਨੂੰ ਜੇ ਹੋ ਰਿਹਾ ਤਾਂ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਨ੍ਹਾਂ ਲੋਕਾਂ ਨੇ ਅਰਬਾਂ ਖਰਬਾਂ ਰੁਪਇਆ ਇਕੱਠਾ ਕਰ ਲਿਆ ਇੱਥੋਂ ਤੱਕ ਕਿ ਤੁਸੀਂ ਜਿਹੜਾ ਵਿਸ਼ੇ ਬੈਂਕ ਦਾ ਪੈਸਾ ਸੀਗਾ ਰਿਜ਼ਰਵ ਬੈਂਕ ਦਾ ਪੈਸਾ ਉਹ ਵੀ ਤੁਸੀਂ ਢਾ ਲਿਆ ਜਿਹੜਾ ਸੰਕਟ ਦੇ ਸਮਿਆਂ ਵਾਸਤੇ ਰੱਖਿਆ ਜਾਂਦਾ ਹੈ ਲਗਾਤਾਰ ਸਵਾਲਾਂ ਦੇ ਜਿਹੜੇ ਆ ਘੇਰਿਆਂ ਦੇ ਵਿੱਚ ਸਰਕਾਰ ਆ ਰਹੀ ਹੈ ਅਰਬਾਂ ਕਰੋੜਾਂ ਰੁਪਏ ਢਕਾਰ ਕੇ ਜਿਹੜੇ ਤੁਰ ਜਾਂਦੇ ਨੇ ਉਹਨਾਂ ਦੇ ਉੱਤੇ ਕੋਈ ਗੱਲ ਹੀ ਕੀਤੀ ਜਾਂਦੀ ਪਰ ਉਹ ਗਰੀਬ ਮਜ਼ਦੂਰ ਇਸ ਦੇਸ਼ ਦੇ ਵਿੱਚ ਲਾਕਡਾਊਨ ਤੋਂ ਪਹਿਲਾਂ ਹੁਣ ਲਾਕਡਾਊਨ ਨਹੀਂ ਲੱਗਿਆ ਹੋਇਆ ਹੁਣ ਕੀ ਫਰਕ ਪੈ ਗਿਆ ਮਰੀਜ਼ਾਂ ਦੀ ਗਿਣਤੀ ਵੱਧ ਜਿੱਥੇ ਵੱਧ ਰਹੀ ਹੈ ਉਥੇ ਠੀਕ ਹੋਣ ਦੀ ਦਰ ਵੀ ਵੱਧ ਰਹੀ ਹੈ ਠੀਕ ਹੋਣ ਦੀ ਦਰ ਵੀ ਹਿੰਦੁਸਤਾਨ ਦੇ ਵਿੱਚ 70% ਦੇ ਕਰੀਬ ਹੈਗੀ ਹੈ ਜਿਸ ਵੇਲੇ ਆਪਦੇ ਪਰਮ ਮਿੱਤਰ ਜਿਹੜਾ ਕਹਿੰਦਾ ਸੀ ਮੋਦੀ ਜਵਾਈ ਬੈਸਟ ਫਰੈਂਡ ਉਸ ਨੂੰ ਇੱਥੇ ਲਿਆ ਕੇ ਤਮੱਚੜ ਪਾਇਆ ਗਿਆ ਗਰੀਬਾਂ ਦੀਆਂ ਝੁੱਗੀਆਂ ਵੱਲ ਟੈਂਟ ਲਾਏ ਗਏ ਕੰਧਾਂ ਕੀਤੀਆਂ ਗਈਆਂ ਤਾਂ ਕਿ ਹਿੰਦੁਸਤਾਨ ਦੀ ਅਸਲ ਤਸਵੀਰ ਪਰਮ ਮਿੱਤਰ ਬੈਸਟ ਫਰੈਂਡ ਨਾ ਦੇਖ ਸਕੇ ਇਹ ਸਾਰਾ ਕੁਝ ਕੀਤਾ ਗਿਆ ਦੇ ਉਸ ਵੇਲੇ ਜਦੋਂ ਮਾਰਚ ਦੇ ਵਿੱਚ ਅਸਲ ਦੇ ਵਿੱਚ ਚੀਨ ਦੇ ਵਿੱਚ ਤਾਂ ਇਹ ਜਿਹੜੇ ਜਿਵਾਣੂ ਦੇ ਸਿਪਟਮ ਸੀ ਲੱਛਣ ਸੀ ਉਹ ਦਸੰਬਰ ਜੀ ਸਾਹਮਣੇ ਆ ਗਏ ਸੀ ਨਾਲ ਇਹ ਵੀ ਸੀ ਕਿ ਇਹ ਬਿਮਾਰੀ ਇਲਾਜ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੇਖਣਾ ਚਾਹੁੰਦੇ ਆ ਕਿਤੇ ਵਿਸ਼ਵ ਪੱਧਰ ਦੇ ਉੱਤੇ ਇਹ ਜੈਵਿਕ جنگ ਤਾਂ ਨਹੀਂ ਲਾਈ ਗਈ ਜੀ ਲੋ ਇੱਕ ਦੂਜੇ ਦੇ ਉੱਤੇ ਮੁਲਕ ਜਿਹੜੀਆਂ ਵੱਡੀਆਂ ਤਾਕਤਾਂ ਨੇ ਸੁੱਟ ਰਹੀਆਂ ਕੀ ਦੋ ਵੱਡੀਆਂ ਤਾਕਤਾਂ ਇੱਕ ਦੂਜੇ ਤੋਂ ਅੱਗੇ ਲੱਗਣ ਦੇ ਯਤਨ ਦੇ ਵਿੱਚ ਤਾਂ ਨਹੀਂ ਇਹ ਸਾਰਾ ਕੁਝ ਕਰ ਰਹੇ ਭਾਰਤ ਨੇ ਕਿੰਨਾ ਕਿ ਇਸ ਮਾਮਲੇ ਦੇ ਵਿੱਚ ਪ੍ਰਬੰਧ ਕੀਤਾ ਜੋ ਕਰੋਨਾ ਦੌਰਾਨ ਭਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਅਜਾ ਐਲਾਨ ਕੀਤਾਗਾ ਕਿ ਅਸੀਂ ਕਰੋਨਾ ਦੇ ਵਿੱਚ ਆਹ ਕੀਤਾ ਉਹ ਕੀਤਾ ਫਲਾਣਾ ਕੀਤਾ ਪਰ ਇਹਦੇ ਦੌਰਾਨ ਕੀ ਕੁਝ ਹੋਇਆ ਆਮ ਲੋਕਾਂ ਨਾਲ ਕੀ ਵਾਪਰ ਰਿਹਾ ਕਦੇ ਤੁਸੀਂ ਜਿਹੜੇ ਇਕਾਂਤਵਾਸ ਕੇਂਦਰ ਨੇ ਉਹਨਾਂ ਦਾ ਦੌਰਾ ਕੀਤਾ ਜਾ ਕੇ ਦੇਖਿਆ ਲੋਕ ਉਥੇ ਕਿਸ ਤਰੀਕੇ ਦੇ ਨਾਲ ਜੂਝ ਰਹੇ ਨੇ ਲੋਕ ਤਾਂ ਇਹ ਕਹਿੰਦੇ ਨੇ ਜੇ ਇਕਾਂਤਵਾਸ ਇਹੋ ਜਿਹਾ ਥਾਮਾ ਦੇ ਉੱਤੇ ਰੱਖਣਾ ਜਿੱਥੇ ਨਾ ਰੋਟੀ ਹੈ ਪ੍ਰੋਪਰ ਨਾ ਪਖਾਨਿਆਂ ਦਾ ਸਹੀ ਇੰਤਜ਼ਾਮ ਹੈ ਉਸ ਅਤਿ ਦੀ ਗਰਮੀ ਦੇ ਵਿੱਚ ਗਰਮੀ ਨਾਲ ਜੂਝਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਹੈਗੇ ਉਹਦੇ ਨਾਲ ਉਹ ਤਾਂ ਚੰਗਾ ਸੀ ਆਪਦੇ ਘਰਾਂ ਦੇ ਇਕਾਂਤਵਾਸ ਹੋ ਜਾਂਦੇ ਆ ਉੱਥੇ ਘੱਟੋ ਘੱਟ ਰੋਟੀ ਤਾਂ ਘਰ ਦੀ ਖਾਵਾਂਗੇ ਹਾਂ ਇਹ ਸਾਰਾ ਕੁਝ ਜਿਹੜਾ ਹੈਗਾ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ ਪਰ ਅੱਜ ਜਦੋਂ ਐਡਾ ਵੱਡਾ ਦੇਸ਼ ਫੇਰ ਗਲੀਆਂ ਨਾਲੀਆਂ ਦੇ ਉੱਤੇ ਹੀ ਖੜਾ ਹੈਗਾ ਤਾਂ ਅਸੀਂ ਕਿਹੜੀ ਤਰੱਕੀ ਦਾ ਮਾਰਕਾ ਮਾਰ ਲਿਆ ਨੌਜਵਾਨਾਂ ਨੂੰ ਅਸੀਂ ਰੁਜ਼ਗਾਰ ਨਹੀਂ ਦੇ ਸਕੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਨੇ ਜਿਹੜੇ ਰੁਜ਼ਗਾਰ ਹਿੰਦੁਸਤਾਨ ਦੇ ਵਿੱਚ ਕੁਝ ਸੀਗੇ ਉਹ ਕਰੋਨਾ ਦੀ ਬਾਅਦ ਇੱਕ ਆਗੇ ਇਥੋਂ ਲਗਾਤਾਰ ਮਰੀਜ਼ ਜਿਹੜੇ ਸੰਤਕਾਰ ਨੇ ਉਹਨਾਂ ਨੇ ਉਹ ਗਰੀਬ ਮਜ਼ਦੂਰਾਂ ਨੂੰ ਨਹੀਂ ਸੰਭਿਆ ਕੀ ਇਹ ਮਜ਼ਦੂਰਾਂ ਨੇ ਦੇ ਕੋਈ ਸੁਪਨੇ ਨਹੀਂ ਸਨ ਇਹ ਵੀ ਤਾਂ ਆਜ਼ਾਦੀ ਜਿਹੜੇ ਵਿਚਾਰੇ ਦੋ ਡੰਗ ਦੀ ਰੋਟੀ ਮਿਹਨਤ ਕਰਕੇ ਗੁਜ਼ਾਰਾ ਕਰਦੇ ਸੀ ਉਹਨਾਂ ਨਾਲ ਕੀ ਵਾਪਰਿਆ ਉਹਨਾਂ ਨੂੰ ਆਪਣੇ ਰਾਜਾਂ ਤੱਕ ਪੈਦਲ ਜਾਣਾ ਪਿਆ ਰੇਲ ਦੀਆਂ ਲੀਆਂ ਤੇ ਜਾਣਾ ਪਿਆ ਜਿਹੜੇ ਪੈਦਲ ਗਏ ਸਰਕਾਂ ਰਹੀਂ ਗਏ ਉਹਨਾਂ ਨੂੰ ਹਾਦਸਿਆਂ ਦੇ ਵਿੱਚ ਜਾਣਾ ਗੋਣੀਆਂ ਪਈਆਂ ਕੀ ਉਹਨਾਂ ਦੀ ਆਜ਼ਾਦੀ ਦੇ ਇਸ ਤਰ੍ਹਾਂ ਦੇ ਸੁਪਨੇ ਸੀ ਇੱਕ ਤੁਸੀਂ ਦੇਖਿਆ ਹੋਣਾ ਕਿ ਔਰਤ ਬਰੀਫ ਕੇਸ ਦੇ ਉੱਤੇ ਬੱਚਾ ਪਿਆ ਹੋਇਆ ਉਹਨੂੰ ਖਿੱਚ ਕੇ ਲੈ ਜਾ ਰਹੀ ਹੈ ਇੱਕ 14 ਸਾਲ ਦੀ ਲੜਕੀ ਗੁਰੂਗ੍ਰਾਮ ਤੋਂ ਵਿਹਾਰ ਦੇ ਵਿੱਚ ਦਰਬੰਗਾ ਤੱਕ ਆਪਣੇ ਪਿਤਾ ਨੂੰ 1200 1300 ਕਿਲੋਮੀਟਰ ਜੋਤੀ ਆਉ ਦਾ ਨਾ ਸਾਈਕਲ ਦੇ ਉੱਤੇ ਲੈ ਕੇ ਜਾ ਰਹੀ ਹੈ ਬਾਅਦ ਦੇ ਵਿੱਚ ਉਹਨਾਂ ਦੇ ਘਰੇ ਪ੍ਰਸ਼ਾਸਨ ਬੋੜਿਆ ਪਹਿਲਾਂ ਅਸੀਂ ਕਿਉਂ ਨਹੀਂ ਬੋੜਦੇ ਇੱਕ ਪਾਸੇ ਮਜ਼ਦੂਰ ਉੱਥੇ ਚਲੇ ਗਏ ਜੇ ਇਹਨਾਂ ਮਜ਼ਦੂਰਾਂ ਦੀ ਰੋਟੀ ਦਾ ਪ੍ਰਬੰਧ ਇੱਥੇ ਕਰ ਦਿੱਤਾ ਜਾਂਦਾ ਉਹਨਾਂ ਦੇ ਜਿਹੜੇ ਰੈਂਟ ਸੀ ਥੋੜੇ ਥੋੜੇ ਉਹ ਉਹਨਾਂ ਨੂੰ ਅਦਾ ਕਰ ਦਿੱਤੇ ਜਾਂਦੇ ਤਾਂ ਇਹ ਨਹੀਂ ਜਾਂਦੇ ਸੀ ਜਾਂ ਜਿਹੜੇ 1 ਤਰੀਕ ਮਾਰਚ ਤੋਂ ਲੈ ਕੇ 22 ਮਾਰਚ ਤੱਕ ਖੁੱਲ ਦੇ ਦਿੱਤੀ ਜਾਂਦੀ ਨਾਲ ਆਖ ਦਿੱਤਾ ਜਾਂਦਾ ਕਿ ਬਾਅਦ ਦੇ ਵਿੱਚ ਇੱਥੇ ਲਾਕਡਾਊਨ ਕੀਤਾ ਜਾਣਾ ਤਾਲਾਬੰਦੀ ਕੀਤੀ ਜਾਣੀ ਹੈ ਤੁਸੀਂ ਜਿਨੇ ਜਿੱਥੇ ਜਾਣਾ ਜਾਓ ਬਾਅਦ ਦੇ ਵਿੱਚ ਜਦੋਂ ਠੀਕ ਹੋ ਜਾਏਗਾ ਅਸੀਂ ਤੁਹਾਨੂੰ ਲੈ ਆਵਾਂਗੇ ਉਹ 22 23 ਦਿਨਾਂ ਦੇ ਵਿੱਚ ਸਾਰੇ ਬੰਦੇ ਆਪਣੇ ਟਿਕਾਣੇ ਲੱਗ ਜਾਂਦੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜਾ ਸੀ ਜਦੋਂ ਹੁਣ ਜਿਵੇਂ ਲਾਕਡਾਊਨ ਖੁੱਲ ਗਿਆ ਉਹਨਾਂ ਨੂੰ ਵਾਪਸ ਲੈ ਆਇਆ ਜਾਂਦਾ ਪਰ ਅਜੇ ਹਾਂ ਨਹੀਂ ਕੀਤਾ ਗਿਆ ਥਾਂ ਥਾਂ ਦੇ ਉੱਤੇ ਤਬੱਚੜ ਪਾਏ ਗੱਲਾਂ ਅਸੀਂ ਕੁਛ ਕਰਦੇ ਹਾਂ ਲੋਕਾਂ ਨੂੰ ਨਜ਼ਰ ਆ ਰਿਹਾ ਜੇ ਮੈਂ ਪਹਿਲਾਂ ਗੱਲ ਕੀਤੀ ਕਿ ਕਿਸਾਨਾਂ ਜਿਹੜੇ ਉਹਨਾਂ ਨੇ ਦੇਸ਼ ਦਾ ਢਿੱਡ ਭਰਤਾ ਅੱਜ ਤਿੰਨ ਆਰਡੀਨੈਂਸ ਆ ਰਹੇ ਹੀ ਉਹੀ ਕਿਸਾਨ ਆ ਜਿਹੜਾ ਉਹ ਸਰਕਾਰ ਨੂੰ ਕੂਕ ਰਿਹਾ ਜੀ ਬਿਲਕੁਲ ਤੇ ਇਸੇ ਹੀ ਮੁੱਦੇ ਤੇ ਅਸੀਂ ਬਣੀ ਰਵਾਂਗੇ ਜਾਨਾ ਤੁਸੀਂ ਕੀਤੇ ਨਹੀਂ ਮਿਲਦੇ ਜੀ ਇੱਕ ਛੋਟੀ ਜਿਹੀ ਪ੍ਰਿਕਟਪਾ ਛੋਟਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਵਾਰਤ ਸਤਵਾਰ ਤੇ ਫਿਚ ਤੇ ਇਸ ਵਿੱਚ ਗੱਲਬਾਤ ਚੱਲ ਰਹੀ ਸੀ ਪਹਿਲਾਂ ਆਜ਼ਾਦੀ ਦੇ ਦਿਹਾੜੇ ਬਾਰੇ ਫਿਰ ਗੱਲਬਾਤ ਹੋਈ ਲਾਕਡਾਊਨ ਬਾਰੇ ਕਰੋਨਾ ਵਾਰੇ ਤੇ ਹੁਣ ਜਿਹੜੀ ਗੱਲ ਹੈ ਉਹ ਕਿਸਾਨਾਂ ਦੇ ਮੁੱਦਿਆਂ ਤੇ ਵੀ ਹੋ ਰਹੀ ਸੀ ਤੇ ਅੱਜ ਜਿਹੜੇ ਬਹੁਤ ਸਾਰੇ ਅਹਿਮ ਮੁੱਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਲਏ ਹੋਏ ਨੇ ਤਾਂ ਹੁਣ ਜਿਹੜਾ ਅਗਲਾ ਮੁੱਦਾ ਹੈ ਉਹ ਹੈਗਾ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਰਿਲੇਟਡ ਤਾਂ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਮੁੱਦਾ ਜਿਹੜਾ ਉਹ ਹਲੇ ਭਖਿਆ ਹੋਇਆ ਕਿਤੇ ਵੀ ਕੋਈ ਵੀ ਰਾਹ ਨਹੀਂ ਲੱਭ ਰਿਹਾ ਬੇਸ਼ੱਕ ਕਿ ਸਰਕਾਰਾਂ ਵੱਲੋਂ ਜਾਂ ਫਿਰ ਪ੍ਰਸ਼ਾਸਨ ਵੱਲੋਂ ਇਸ ਗੱਲ ਦੇ ਲਈ ਕਿਹਾ ਜਾ ਰਿਹਾ ਹੈ ਕਿ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਾ ਵੀ ਬੰਦਾ ਇਸ ਦੇ ਵਿੱਚ ਜਿੱਦੀ ਵੀ ਸ਼ਮੂਲੀਅਤ ਪਾਈ ਗਈ ਹੋ ਭਾਵੇਂ ਕੋਈ ਲੀਡਰ ਹੋਵੇ ਭਾਵੇਂ ਕੋਈ ਆਮ ਇਨਸਾਨ ਹੋਵੇ ਭਾਵੇਂ ਕੋਈ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ بار 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 ਰਹੀ ਨੇ ਪਰ ਹਲੇ ਤੱਕ ਉਹਨਾ ਮਗਰਮਚਾ ਤੱਕ ਨਹੀਂ ਪਹੁੰਚਿਆ ਗਿਆ ਤੇ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਵੀ ਲਗਾਤਾਰ ਪੰਜਾਬ ਦੇ ਵਿੱਚ ਵੱਖੋ ਵੱਖਰੇ ਥਾਈਂ ਧਰਨੇ ਲਾਉਂਦਾ ਹੋਇਆ ਨਜ਼ਰ ਆਇਆ ਪਟੇਲੂ ਸਾਹਿਬ ਮੇਨ ਗੱਲ ਇਥੇ ਰਹੀ ਕਿ ਬਹੁਤ ਸਾਰੀਆਂ ਅ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਉਹਨਾਂ ਵੱਲੋਂ ਇਹ ਸ਼ਰਾਬ ਦਾ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਉਹ ਉਠਾਇਆ ਜਾ ਰਿਹਾ ਤਾਂ ਇਸ ਤੇ ਲਗਾਤਾਰ ਕੱਠ ਕੀਤਾ ਜਾ ਰਿਹਾ ਹੈ ਕੱਠ ਦੇ ਵਿੱਚ ਕਿਸੇ ਦੇ ਵੀ ਕੋਈ ਵੀ ਮਾਸਕ ਵਗੈਰਾ ਨਹੀਂ ਪਾਇਆ ਹੋਇਆ ਨਜ਼ਰ ਆ ਰਿਹਾ ਤਾਂ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਲੋਕ ਆਮ ਲੋਕ ਪ੍ਰਸ਼ਾਸਨ ਨੂੰ ਤੇ ਕੈਪਟਨ ਅਮਰਿੰਦਰ ਸਾਹਿਬ ਨੂੰ ਕਰਦੇ ਹੋਏ ਨਜ਼ਰ ਆ ਰਹੇ ਨੇ ਵੀ ਅਕਾਲੀ ਦਲ ਧਰਨੇ ਲਾ ਰਿਹਾ ਅਕਾਲੀ ਦਲ ਸੜਕਾਂ ਤੇ ਉਤਰ ਰਿਹਾ ਨਹੀਂ ਵੱਡੀ ਤਤਤਾ ਦੇ ਵਿੱਚ ਰੈਲੀਆਂ ਗੱਡੀਆਂ ਚੱ ਰੀਆਂ ਨੇ ਕਿਸੇ ਦੇ ਕੋਈ ਮਾਸਕ ਨਹੀਂ ਹੈ ਕਿਤੇ ਵੀ ਰੂਲ ਐਂਡ ਰੈਗੂਲੇਸ਼ਨ ਫਾਲੋ ਨਹੀਂ ਕੀਤਾ ਜਾ ਰਿਹਾ ਤਾਂ ਇੰਨਾ ਤੇ ਕੋਈ ਵੀ ਕੇਸ ਕੋਈ ਵੀ ਪਰਚਾ ਦਰਜ ਕਿਉਂ ਨਹੀਂ ਹੋ ਰਿਹਾ ਪਹਿਲੀ ਗੱਲ ਤਾਂ ਜਿਹੜੀ ਇਹ ਨਕਲੀ ਸ਼ਰਾਬ ਵਾਲਾ ਮਾਮਲਾ ਆਇਆ ਹੂੰ ਇਹ ਸਰਕਾਰ ਦਾ ਨਕੰਮਾਪਨ ਨਜ਼ਰ ਆਉਂਦਾ ਹੈ ਜੀ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਲਾਕਡਾਊਨ ਦੇ ਵਿੱਚ ਕਰੋੜਾਂ ਅਰਬਾਂ ਦਾ ਚੂਨਾ ਆਭਕਾਰੀ ਵਿਭਾਗ ਨੂੰ ਲੱਗ ਗਿਆ ਹੂੰ 2700 ਕਰੋੜ ਦਾ ਦੋਸ਼ ਤਾਂ ਕਾਂਗਰਸ ਦੇ ਆਪਣੇ ਹੀ ਜਿਹੜੇ ਰਾਜ ਸਭਾ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ ਉਹ ਸਰਕਾਰ ਤੇ ਲਾ ਰਹੇ ਨੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਹੋਰਾਂ ਦੇ ਕੋਲੇ ਇਹ ਮਹਿਕ ਬਾ ਉਹਨਾਂ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਦੱਸਣਾ ਚਾਹੀਦਾ ਹੈ ਕਿਹੜੇ ਅਧਿਕਾਰੀਆਂ ਦੇ ਕਰਕੇ ਐਡੀ ਵੱਡੀ ਪੱਧਰ ਤੇ ਚੂਨਾ ਲੱਗਿਆ ਮੈਂ ਬਾਰ ਬਾਰ ਕਹਿਣਾ ਹੁੰਨਾ ਜੇ ਤੇਲਗੰਨਾ ਵਰਗੇ ਸੂਬੇ ਦੇ ਵਿੱਚ ਜਿਹੜਾ ਕੱਲ ਹੋਣ ਦੇ ਵਿੱਚ ਆਇਆ ਉਸ ਦੀ ਆបਕਾਰੀ ਡਿਊਟੀ ਤੋਂ ਕਮਾਈ 10000 ਕਰੋੜ ਤੋਂ ਵੱਧ ਹੈ ਤਾਂ ਪੰਜਾਬ ਦੀ ਇਹ 5-6000 ਦੇ ਕੋਲ ਕਿਉਂ ਤੁਰੀ ਫਿਰਦੀ ਹੈ ਜੀ ਲਗਾਤਾਰ ਪੰਜਾਬ ਦਾ ਦੇ ਖਜ਼ੂਨੇ ਨੂੰ ਖਜ਼ਾਨੇ ਨੂੰ ਅ ਮਤਲਬ ਘਾਟਾ ਪੈ ਰਿਹਾ ਹੈਗਾ ਹਾਲਾਂਕਿ ਸ਼ਰਾਬ ਦੇ ਰੇਟ ਲਗਾਤਾਰ ਵੱਧ ਰਹੇ ਨੇ ਜਿਹੜੇ ਠੇਕੇਦਾਰ ਨੇ ਉਹ ਆਪਣੇ ਮਨਮਾਨੀਆਂ ਕਰ ਰਹੇ ਨੇ ਲੋਕਾਂ ਤੇ ਤਸ਼ੱਦਦ ਕਰਦੇ ਨੇ ਲੋਕਾਂ ਦੇ ਜਿਹੜਾ ਕੋਈ ਪੂਆ ਦੋ ਪੂਏ ਲੈ ਗਿਆ ਉਹਦੇ ਉੱਤੇ ਕਾਰਵਾਈਆਂ ਕਰਨ ਵਾਲੇ ਲੱਗੇ ਹੋਏ ਨੇ ਵੱਡੇ ਮਗਰਮੱਛਾਂ ਤੇ ਅਥ ਨਹੀਂ ਪੈ ਰਿਹਾ ਕੈਪਟਨ ਅਮਰਿੰਦਰ ਸਿੰਘ ਜੇ ਸੱਚਮੁੱਚ ਦੇ ਵਿੱਚ ਕੋਈ ਕਾਰਵਾਈ ਕਰਨਾ ਚਾਹੁੰਦੇ ਨੇ ਤਾਂ ਹਰ ਬੰਦੇ ਨੂੰ ਪਤਾ ਹੈਗਾ ਕਿ ਇਸ ਮਾਮਲੇ ਦੇ ਵਿੱਚ ਸਿਆਸੀ ਲੋਕ ਨਾਲ ਲੱਗੇ ਹੋਏ ਨੇ ਉਹਨਾਂ ਦੀ ਸਰਪ੍ਰਸਤੀ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਕੈਪਟਨ ਮਰਿੰਦਰ ਸਿੰਘ ਜੇ ਸੋਹਿਰਦ ਹਨ ਪਾਰਟੀ ਨੂੰ ਬਚਾਉਣਾ ਚਾਹੁੰਦੇ ਹਨ ਲੋਕਾਂ ਵਿੱਚ ਆਪਣਾ ਅਕਸ ਸੁਧਾਰਨਾ ਚਾਹੁੰਦੇ ਹਨ ਤਾਂ ਜਿਹੜੇ ਪੰਜਰ ਸਿਆਸੀ ਲੋਕ ਜਿਨ੍ਹਾਂ ਤੇ ਉਂਗਲਾ ਉੱਠਦੀਆਂ ਨੇ ਉਹਨਾਂ ਤੇ ਕਾਰਵਾਈ ਕਰਕੇ ਦਿਖਾਉਣ ਜਦ ਇਹ ਕਹਿੰਦੇ ਹੁੰਦੇ ਆ ਕਿ ਜੇ ਬਾਕੀ ਕੰਮ ਭਜਾਉਣੇ ਹੋਣ ਨਾ ਤਾਂ ਇੱਕ ਕਾਮ ਆਰ ਕੇ ਟੰਗ ਦਿਓ ਉਹ ਕੈਪਟਨ ਸਾਹਿਬ ਦਿਖਾਈ ਨਹੀਂ ਦੇ ਰਹੇ ਦਮਗ ਜੇ ਜਰੂਰ ਬਹੁਤ ਵੱਡੇ ਵੱਡੇ ਮਾਰਦੇ ਹੈਗੇ ਨੇ ਉਹਨਾਂ ਦਾ ਇੱਕ ਸੁਭਾਅ ਹੈਗਾ ਕਿ ਉਹ ਜਿਹੜੀ ਗੱਲ ਕਹਿ ਦਨ ਉਹਦੇ ਤੇ ਪੈਰਾ ਦਈ ਜਾਂਦੇ ਨੇ ਪਰ ਇਸ ਵੇਲੇ ਉਹਨਾਂ ਨੂੰ ਜਿਹੜਾ ਖੁੰਡਾ ਉਹਨਾਂ ਦੇ ਕੋਲ ਰੱਖਿਆ ਹੋਇਆ ਹੈ ਉਹ ਖੁੰਡਾ ਤੂੜੀ ਵਾਲੇ ਸਭਾਤ ਚ ਸਾਹਮਣੇ ਨਹੀਂ ਰੱਖਣਾ ਚਾਹੀਦਾ ਉਸ ਖੁੰਡੇ ਨੂੰ ਬਾਹਰ ਲੈ ਕੇ ਆਉਣਾ ਚਾਹੀਦਾ ਉਹਨਾਂ ਲੋਕਾਂ ਤੇ ਫੇਰਨਾ ਚਾਹੀਦਾ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ ਉਹਨ ਲੋਕਾਂ ਨੂੰ ਵਿਸ਼ਵਾਸ ਕਿਉਂ ਨਹੀਂ ਹੋ ਰਿਹਾ ਪਹਿਲਾਂ ਇੱਥੇ ਸ਼ਰਾਬ ਨਾਲ ਮੱਛੀਆਂ ਮਰੀਆਂ ਜ਼ਹਿਰੀਲੀ ਪਾਈ ਗਈ ਆ ਹੁਣ ਫੇਰ ਸਤਲੋਜ ਦੇ ਵਿੱਚ ਪਾਈ ਗਿਆ ਕੋਈ ਕਾਰਵਾਈ ਨਹੀਂ ਬਟਾਲਾ ਬੰਬ ਧਮਾਕੇ ਦੇ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ ਤਾਂ ਉਹਦੇ ਵਿੱਚ ਕਿਹੜੀ ਜਿਹੜੀ ਜਾਂਚ ਕੈਪਟਨ ਸਾਹਿਬ ਨੇ ਸਾਲ ਪਹਿਲਾਂ ਬਹਾਈ ਸੀ ਉਹਦੇ ਵਿੱਚ ਕੋਈ ਦੋਸ਼ੀ ਸਾਹਤ ਹੋਇਆ ਕਿਹਦੀ ਨੈਗਲੀਜੈਂਸੀ ਕਰਕੇ ਉਸ ਵੇਲੇ ਇੰਨੀਆਂ ਜਾਨਾਂ ਅਜਾਈਂ ਚਲੀਆਂ ਗਈਆਂ ਜੇ ਉਹਨਾਂ ਦਾ ਅਸੀਂ ਕੋਈ ਮਾਮਲਾ ਨਹੀਂ ਉਠਾ ਸਕੇ ਲਗਾਤਾਰ ਉਹ ਲੋਕ ਹੈ ਜਿਹੜੇ ਦੰਦ ਲਾਉਂਦੇ ਤੁਰੇ ਫਿਰਦੇ ਨੇ ਇਹ ਕਾਨੂੰਨ ਮੂਮ ਦਾ ਕਾਨੂੰਨ ਹੈ ਜਿਹੜੇ ਤਕੜੇ ਲੋਕ ਨੇ ਉਹ ਆਪਣੇ ਆਲੇ ਪਾਸੇ ਨੂੰ ਮੋੜ ਲੈਂਦੇ ਨੇ ਗਰੀਬਾਂ ਦੇ ਉੱਤੇ ਇਹ ਡੰਡਾ ਵਰਸਦਾ ਰਹਿੰਦਾ ਹੈ ਜਦੋਂ ਤੱਕ ਇਹ ਸਥਿਤੀ ਨਹੀਂ ਪੈਦਾ ਹੋਏਗੀ ਇਹ ਸਥਿਤੀ ਅਸੀਂ ਹੋਂਦ ਚ ਨਹੀਂ ਲਿਆਵਾਂਗੇ ਕਿ ਕਾਨੂੰਨ ਦਾ ਡੰਡਾ ਸਾਰਿਆਂ ਤੇ ਇੱਕੋ ਜਿਹਾ ਹੈਗਾ ਅੱਜ ਕਹਿਣ ਦੀਆਂ ਗੱਲਾਂ ਨੇ ਜੇ ਕੈਪਟਨ ਸਾਹਿਬ ਸੱਚਮੁੱਚ ਸੋਹਿਰਦ ਨੇ ਤਾਂ ਜਿਹੜੇ ਸਿਆਸੀ ਲੋਕ ਇਹਦੇ ਵਿੱਚ ਭਾਵੇਂ ਉਹਨਾਂ ਦੀ ਪਾਰਟੀ ਦੇ ਕਿਉਰਾ ਹੋਣ ਲਿਪਟੇ ਹੋਏ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਕਾਰਵਾਈ ਕਰਨੀ ਬੰਦ ਦੀਆ ਹੁਣ ਗੱਲ ਤੁਹਾਡੀ ਆ ਗਈ ਦੂਜੀ ਹੂੰ ਜਿਹੜੇ ਅੱਜ ਧਰਨੇ ਦੇ ਰਹੇ ਨੇ ਉਹ ਆਪਣੀਆਂ ਗੱਲਾਂ ਭੁੱਲੇ ਬੈਠੇ ਨੇ ਹੂੰ ਜੇ ਉਹ ਗੁਰੂ ਗ੍ਰੰਥ ਸਾਹਿਬ ਦਾ ਧਰਨਾ ਦੇਣ ਆਏ ਇਥੇ ਬਰਗਾੜੀ ਇਥੇ ਪਿੰਡ ਕਲਿਆਣ ਦੇ ਵਿੱਚ ਤਾਂ ਉਹ ਬਰਗਾੜੀ ਦਾ ਭੁੱਲ ਗਏ ਜੀ ਜਦੋਂ ਉਸ ਵੇਲੇ ਮਿਸਿੰਗ ਹੋਈ ਸੀ ਤਾਂ ਅਕਾਲੀ ਕਿਸੇ ਇੱਕ ਆਗੂ ਨੇ ਧਰਨਾ ਦੇਣ ਦੀ ਜ਼ਰੂਰਤ ਕੀਤੀ ਉਹਨਾਂ ਨੇ ਬੰਗਾਰਿਆ ਸਿੱਖਾਂ ਨੂੰ ਕਿ ਤੁਹਾਡਾ ਗੁਰੂ ਸਾਡੇ ਕੋਲ ਆਜੋ ਲੈ ਲੋ ਉਸ ਵੇਲੇ ਇਹ ਧਰਨਾ ਕਿਉਂ ਨਾ ਦਿੱਤਾ ਗਿਆ ਜੇ 267 ਸਰੂਪ ਮਿਸਿੰਗ ਨੇ ਉੱਥੇ ਧਰਨਾ ਕਿਉਂ ਨਾ ਦਿੱਤਾ ਗਿਆ ਜਿਹੜਾ ਇੱਕ ਥਾਂ ਦੇ ਉੱਤੇ ਤੁਸੀਂ ਧਰਨਾ ਦੇਰ ਆਇਓ ਇਹ ਤਾਂ ਨਜ਼ਰ ਆਉਂਦਾ ਕਿ ਸਿਰਫ ਤੇ ਤੁਸਰਬ ਤੁਸੀਂ ਆਪਣੀ ਖੋਈ ਹੋਈ ਜ਼ਮੀਨ ਨੂੰ ਮੁੜ ਪੈਦਾ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਹੋ ਜੇ ਤੁਸੀਂ ਪਹਿਲਾਂ ਇਹ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੂੰ ਨਜ਼ਰ ਆਉਂਦਾ ਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਸਿੱਖਾਂ ਦੀ ਜਿਹੜੀ ਨਮੈਂਦਾ ਜਥੇਬੰਦੀ ਹੈ ਉਹ ਕੰਮ ਕਰਦੀ ਹੈ ਉਹ ਸਾਰਿਆਂ ਮਾਮਲਿਆਂ ਨੂੰ ਇੱਕੋ ਨਜ਼ਰ ਨਾਲ ਦੇਖਦੀ ਹੈ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਸੋਸ਼ਲ ਡਿਸਟੈਂਸ ਦਾ ਕੋਈ ਦਾ ਬਧਰਵ ਖਿਆਲ ਨਹੀਂ ਰੱਖਿਆ ਜਾ ਰਿਹਾ ਮਾਸਕ ਕਿਸੇ ਨੇ ਨਹੀਂ ਪਾਇਆ ਹੋਇਆ ਕਿੰਨੇ ਕ ਬੰਦੇ ਹੱਥ ਸੈਨੀਟਾਈਜ਼ ਕਰਦੇ ਨੇ ਕੀ ਜਿਹੜੀ 188 ਧਾਰਾ ਉਹ ਕੱਲੇ ਤੋਂ ਕੱਲੇ ਤੇ ਲਾਉਣ ਵਾਸਤੇ ਆ ਆਮ ਗਰੀਬਾਂ ਤੇ ਲਾਉਣ ਵਾਸਤੇ ਆ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਬੰਦੇ ਘਰਾਂ ਦਾ ਸਮਾਨ ਲੈ ਕੇ ਆ ਰਹੇ ਸੀ ਜਿਨ੍ਹਾਂ ਨੂੰ ਮਤਲਬ ਘਰਾਂ ਦੇ ਵਿੱਚ ਕੋਈ ਦੁੱਧ ਪਾਣੀ ਨਹੀਂ ਸੀ ਉਹਨਾਂ ਤੇ ਪੁਲਿਸ ਡੰਡਾ ਵਰਸਾ ਰਹੀ ਸੀ ਅੱਜ ਸ਼ਰਮ 188 ਦੀ ਉਲੰਘਣਾ ਕਰਕੇ ਇਹ ਲੋਕ ਧਰਨੇ ਦੇ ਦੇ ਰਹੇ ਨੇ ਤਾਂ ਤੁਸੀਂ ਚੁੱਪ ਕਰਕੇ ਮੂਕ ਦਰਸ਼ਕ ਬਣ ਕੇ ਦੇਖ ਰਹੇ ਹੋ ਤਾਂ ਫਿਰ ਜ਼ਿਲ੍ਹਾ ਮਜਿਸਟ੍ਰੇਟ ਦੀ ਜਿਹੜੀ ਧਾਰਾ 188 ਹੈ ਉਹਦੀ ਉਲੰਘਣਾ ਕਿਰੋਂ ਕਹਿੰਦੇ ਨੇ ਕੀ ਜਿੰਨੇ ਧਰਨੇ ਲੱਗ ਰਹੇ ਨੇ ਇਹ ਡੀਸੀਆਂ ਤੋਂ ਮਨਜ਼ੂਰੀਆਂ ਲੈ ਕੇ ਲੱਗ ਰਹੇ ਨੇ ਇਹਦੇ ਬਾਰੇ ਵੀ ਸਵਾਲ ਹੈਗਾ ਮਤਲਬ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ ਲੋਕਾਂ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਇਹ ਲੋਕ ਜਿਹੜੇ ਨੇ ਇੱਕ ਦੂਜੇ ਨਾਲ ਮਿਲੇ ਹੋਏ ਨੇ ਇਹਨਾਂ ਨੇ ਇਹ ਬਾਰੀਆਂ ਬੰਗੀਆਂ ਵਿਗਾਣੇ ਔਰ ਪੰਜਾਬ ਦੇ ਵਿੱਚ ਐਸ ਵੇਲੇ ਇੱਕ ਤੀਜ ਪੰਜਾਬ ਇੱਕ ਤੀਜੀ ਧਿਰ ਨੂੰ ਉਡੀਕ ਰਿਹਾ ਜਿਹੜਾ ਲੋਕ ਹਿੱਤਾਂ ਦੇ ਉੱਤੇ ਲੋਕਾਂ ਦੀਆਂ ਗੱਲਾਂ ਦੇ ਉੱਤੇ ਖੜਾ ਉੱtre ਪਰ ਲੋਕਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਜਦੋਂ ਕੋਈ ਤੀਜੀ ਧਿਰ ਉੱਠਦੀ ਹੈ ਉਹ ਕੋਈ ਤਸੱਲੀ ਬਖਸ਼ ਕੰਮ ਨਹੀਂ ਕਰਦੀ ਤਾਂ ਲੋਕਾਂ ਨੂੰ ਦੁਬਾਰਾ ਫਿਰ ਇਹਨਾਂ ਰਵਾਇਤੀ ਪਾਰਟੀਆਂ ਤੇ ਹੀ ਬਾਰੋਬਾਰੀ ਇਹਨਾਂ ਨੂੰ ਅਪਣਾਉਣਾ ਪੈਂਦਾ ਹੈਗਾ ਚੰਗਾ ਇਹ ਹੈ ਕਿ ਅਜ ਲਗਭਗ 1.5 ਸਾਲ ਦਾ ਸਮਾਂ ਪਿਆ ਇਹ 1.5 ਸਾਲ ਦੇ ਸਮੇਂ ਦੇ ਵਿੱਚ ਜਿਹੜੀਆਂ ਤੀਜੀਆਂ ਧਰਾਂ ਉੱਠੀਆਂ ਨੇ ਉਹ ਕੋਈ ਚੰਗਾ ਮੈਨੀਫੈਸਟੋ ਦੇ ਕੇ ਆਪਣੀਆਂ ਸੌਹਾਂ ਖਾ ਕੇ ਕੰਮ ਕਰਨ ਲੋਕਾਂ ਨੂੰ ਅੱਜ ਕੱਲ ਸੌਹਾਂ ਤੇ ਵੀ ਵਿਸ਼ਵਾਸ ਨਹੀਂ ਰਿਹਾ ਹੈਗਾ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਦੇ ਵਿੱਚ ਗੁਟਕਾ ਸਾਹਬ ਹੱਥ 'ਚ ਫੜ ਕੇ ਤਲਵੰਡੀ ਸਾਹਬ ਤਖਤ ਵੱਲ ਮੂੰਹ ਕਰਕੇ ਸੌਹ ਖਾਦੀ ਸੀ ਹੂੰ ਇਹ ਬੱਕਰੀ ਗੱਲ ਹੈ ਕਿ ਨਸ਼ੇ ਦੇ ਉੱਤੇ ਕੁਝ ਕਾਰਵਾਈਆਂ ਹੋਈਆਂ ਨੇ ਕੁਝ ਚੇਨਾ ਟੁੱਟੀਆਂ ਨੇ ਪਰ ਜਿਸ ਪੱਧਰ ਤੱਕ ਟੁੱਟੀਆਂ ਚਾਹੀਦੀਆਂ ਸੀ ਉਹ ਨਹੀਂ ਟੁੱਟੀਆਂ ਵੱਡੇ ਮਗਰਾਂ ਬੱਚਾ ਬਾਰੇ ਲੋਕ ਹੈਰਾਨ ਨੇ ਕਿ ਜਿਹੜੇ ਵੱਡੇ ਲੋਕ ਨੇ ਉਹ ਅਜੇ ਵੀ ਸਰਪ੍ਰਸਤੀਆਂ ਕਰ ਰਹੇ ਨੇ ਸਰਕਾਰਾਂ ਉਹਨਾਂ ਵੱਲ ਨੂੰ ਨਹੀਂ ਜਾਂਦੀਆਂ ਜਿਹੜਾ ਕੱਲਾਦ ਕਲਾ ਹੁਣ ਵੀ ਜਿਹੜੀ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਉੱਠਿਆ ਤਾਂ ਜਿਹੜੇ ਲੋਕ ਘਰਾਂ ਦੇ ਵਿੱਚ ਦੋ ਚਾਰ ਬੋਤਲਾ ਕੱਢ ਕੇ ਕਰਦੇ ਆ ਉਹਨਾਂ ਦੇ ਕਾਰਵਾਈ ਹੋ ਰਹੀ ਹੈ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਵੱਡੀਆਂ ਫੈਕਟਰੀਆਂ ਦੇ ਵਿੱਚੋਂ ਕਰੋੜਾਂ ਰੁਪਏ ਦੀ ਠੱਗਾ ਠੋਰੀ ਕਰਕੇ ਅੱਜ ਕਹਿੰਦੇ ਆ ਬੜੀ ਹੈਰਾਨੀ ਹੁੰਦੀ ਹੈ ਕਿ ਕਰੋੜਾਂ ਰੁਪਏ ਸਿਆਸੀ ਧਿਰਾਂ ਨੂੰ ਅੰਡਰ ਦੀ ਟੇਬਲ ਦਿੱਤਾ ਜਾ ਰਿਹਾ ਹੈਗਾ ਤੇ ਉਹ ਜਿਹੜਾ ਜੇਕ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਜਾਂਦਾ ਤਾਂ ਵਧੀਆ ਥਾਂ ਦੇ ਉੱਤੇ ਪੰਜਾਬ ਸੂਬਾ ਅੱਗੇ ਵਧਦਾ ਪਰ ਉਹ ਨਹੀਂ ਵੱਧ ਰਿਹਾ ਪਰ ਇੱਥੇ ਇੱਥੇ ਇੱਕ ਗੱਲ ਹੋਰ ਹੈ ਚਲੋ ਸਾਹਿਬ ਇੱਥੇ ਵਿਕਰਮ ਮਜੀਠੀਆ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੇਰਿਆ ਤਾਂ ਉਹਨਾਂ ਨੇ ਫੇ ਦਈਆ ਸਾਹਿਬ ਤੇ ਸਿੱਧੇ ਸਿੱਧੇ ਨਿਸ਼ਾਨੇ ਸਾਧਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਪੁਰਾ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹ ਇਸ ਦੇ ਵਿੱਚ ਇਨਵੋਲਡ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਾਰੇ ਜਿਹੜੇ ਵੀ ਉਹਨਾਂ ਨੇ ਇਲਜ਼ਾਮ ਲਾਏ ਸੀ ਉਹਨਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਬਹੁਤ ਹੀ ਤੰਦੇਹੀ ਦੇ ਨਾਲ ਆਪਣਾ ਕੰਮ ਕਰ ਰਿਹਾ ਹੈ ਕਰੋਨਾ ਦੇ ਟਾਈਮ ਤੇ ਜਦੋਂ ਲਾਕਡਾਊਨ ਸੀ ਉਸ ਟਾਈਮ ਦੇ ਵਿੱਚ ਵੀ ਤੰਦੇਹੀ ਦੇ ਨਾਲ ਕੰਮ ਰਿਆ ਸੀ ਪਰ ਵੱਡਾ ਸਵਾਲ ਇਥੇ ਇਹ ਹੈ ਕਿ ਜੇ ਵਾਕਿਆ ਹੀ ਤੰਦੇਹੀ ਦੇ ਨਾਲ ਕੰਮ ਚੱਲ ਰਿਹਾ ਸੀ ਜਗਾ ਜਗਾ ਤੇ ਨਾਕੇ ਸੀ ਤਾਂ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਜਿਹੜਾ ਇੰਨਾ ਪੱਕ ਗਿਆ ਉਹ ਸ਼ਰਾਬ ਉਸ ਟਾਈਮ ਤੋਂ ਹੀ ਸੁਣਨ ਦੇ ਵਿੱਚ ਆਇਆ ਕਿ ਜਾਲਾ ਦਰਤਾਰ ਦੇ ਵਿੱਚ ਵਿਕਣੀ ਸ਼ੁਰੂ ਹੋਈ ਸੀ ਤਾਂ ਉਦੋਂ ਇਹ ਸਭ ਕੁਝ ਕਿਵੇਂ ਹੋ ਗਿਆ ਨਹੀਂ ਉਸ ਤੋਂ ਪਹਿਲਾਂ ਥੋੜਾ ਜਿਹਾ ਪਿੱਛੇ ਜਾਓ ਜੀ ਦਈਆ ਸਾਹਿਬ ਜਿਸ ਵੇਲੇ ਖੰਨੇ ਦੇ ਐਸਐਸਪੀ ਸੀ ਹਾਂ ਤਾਂ ਉਸ ਵੇਲੇ ਪਾਦਰੀ ਵਾਲਾ ਮਾਮਲਾ ਉਹਦੇ ਜਿਹੜੇ ਹਵਾਲਾ ਰਾਸ਼ੀ ਵਾਲਾ ਵਾਪਰਿਆ ਸੀ ਉਹਦੇ ਵਿੱਚ ਜਿਹੜੇ ਕੁਝ ਕਰੋੜ ਰੁਪਏ ਗਾਇਬ ਹੋਏ ਨੇ ਉਹ ਅਜੇ ਤੱਕ ਸਾਹਮਣੇ ਨਹੀਂ ਆ ਰਹੇ ਤਾਂ ਮੁੱਖ ਮੰਤਰੀ ਸਾਹਿਬ ਕਿਹੜੇ ਮੂੰਹ ਨਾਲ ਕਹਿੰਦੇ ਨੇ ਜਿਹੜੀ ਉਹ ਜਾਂਚ ਉਸ ਵੇਲੇ ਕੀਤੀ ਗਈ ਸੀ ਉਹ ਜਾਂਚ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਦਿਓ ਤੇ ਪਾਦਰੀ ਸਾਹਿਬ ਨੂੰ ਪੁੱਛ ਲਓ ਕਿ ਇਹ ਸਾਰਾ ਕੁਝ ਸਹੀ ਹੈਗਾ ਅੱਜ ਜੇ ਮਜੀਠੀਆ ਸਾਹਿਬ ਦੇਖੋ ਮੈਂ ਸਮਝਦਾ ਕਿ ਮਜੀਠੀਆ ਸਾਹਿਬ ਥੋੜੀ ਜੀ ਵੱਧ ਸਰਗਰਮੀ ਦੇ ਨਾਲ ਆਪਣੀ ਹੋਣ ਦਿਖਾ ਰਹੇ ਨੇ ਉਹ ਜਿਹੜੇ ਦੋਸ਼ ਲਾ ਰਹੇ ਨੇ ਮੁੱਖ ਮੰਤਰੀ ਸਾਹਿਬ ਤੱਥਾਂ ਦੇ ਆਧਾਰ ਤੇ ਇੱਕ ਸਫੈਦ ਪੱਤਰ ਜਾਰੀ ਕਰਕੇ ਮਜੀਠੀਆ ਸਾਹਿਬ ਦਾ ਮੂੰਹ ਬੰਦ ਕਰਾਉਣ ਕੀ ਭਾਵੇਂ ਅਕਾਲੀ ਸਰਕਾਰਾਂ ਵੇਲੇ ਨਸ਼ਾ ਕਿਸੇ ਤੱਕ ਜਾ ਰਿਹਾ ਸੀ ਉਸ ਵੇਲੇ ਵੀ ਸਾਰਾ ਕੁਝ ਵਾਪਰਿਆ ਉਸ ਵੇਲੇ ਵੀ ਇਹ ਸਾਰਾ ਕੁਝ ਐਸੇਦਾਰਾ ਚੱਲਦਾ ਸੀ ਅਸੀਂ ਦੋਨਾਂ ਨੂੰ ਇਸ ਜ਼ਿੰਮੇਵਾਰੀ ਤੋਂ ਫਾਰਗ ਨਹੀਂ ਕਰ ਸਕਦੇ ਨਵਦੀਪ ਜੀ ਲਗਾਤਾਰ ਇਹ ਜ਼ਿੰਮੇਵਾਰੀਆਂ ਜਿਹੜੀਆਂ ਉਹ ਮਤਲਬ ਇੱਕ ਦੂਜੇ ਤੇ ਸੁੱਟੀ ਜਾਂਦੇ ਨੇ ਮਤਲਬ ਪੱਗਾਂ ਦੇ ਰੰਗ ਬਦਲ ਗਏ ਕੰਮ ਕਰਨ ਵਾਲੇ ਓਵੇਂ ਨੇ ਹੱਸੇ ਪੱਤੀਆਂ ਉਸੇ ਤਰ੍ਹਾਂ ਚੱਲਦੀਆਂ ਨੇ ਜਿਵੇਂ ਪਹਿਲਾਂ ਚੱਲਦੀਆਂ ਸੀ ਲੋਕਾਂ ਦੇ ਸਾਹਮਣੇ ਦੱਸਣ ਕਿ ਉਦੋਂ ਕੀ ਸੀ ਹੁਣ ਕੀ ਹੋ ਰਿਹਾ ਲੋਕਾਂ ਨੂੰ ਕੋਈ ਰਾਤ ਮਿਲਦੀ ਨਜ਼ਰ ਨਹੀਂ ਆ ਰਹੀ ਜੀ ਬਿਲਕੁਲ ਤੇ ਬੇਸ਼ੱਕ ਕਿ 15 ਅਗਸਤ ਦਾ ਜਿਹੜਾ ਦਿਹਾੜਾ ਉਹ ਮਨਾਇਆ ਜਾ ਰਿਹਾ ਪਿਛਲੇ ਇੱਕ ਹਫ਼ਤੇ ਤੋਂ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਹਰ ਜਗ੍ਹਾ ਤੇ ਸਖਤਾਈ ਵਰਤੀ ਜਾ ਰਹੀ ਸੀ ਪੁਲਿਸ ਪ੍ਰਸ਼ਾਸਨ ਦੇ ਕਰੜੇ ਆਪਣੇ ਆਪਣੀਆਂ ਨਿਗਰਾਨੀਆਂ ਸਨ ਹਰ ਜਗ੍ਹਾ ਨਾਕੇ ਲੱਗੇ ਹੋਏ ਸਨ ਪਰ ਫੇਰ ਵੀ ਇਸ ਦੇ ਦੌਰਾਨ ਮੋਗਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਡੀਸੀ ਕੰਪਲੈਕਸ ਦੀ ਪੰਜਵੀਂ ਮੰਜ਼ਲ ਤੇ ਉੱਤੇ ਖਾਲਿਸਤਾਨ ਦਾ ਜਿਹੜਾ ਝੰਡਾ ਲਹਿਰਾਇਆ ਕਿਆ ਤੇ ਕੌਣ ਉਹਨੂੰ ਲਹਿਰਾ ਗਿਆ ਇਸ ਗੱਲ ਬਾਰੇ ਹਲੇ ਕੁਝ ਵੀ ਨਹੀਂ ਪਤਾ ਪਰ ਉਦੋਂ ਪਾਜੜਾ ਪੈ ਗਿਆ ਜਦੋਂ ਉਸ ਝੰਡੇ ਨੂੰ ਲਹਿਰਾਉਂਦੇ ਹੋਏ ਵੇਖਿਆ ਗਿਆ ਤਾਂ ਢਿੱਲੋ ਸਭ ਤੋਂ ਅਟਾ ਇਸ ਬਾਰੇ ਕੀ ਕਹਿਣਾ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਲੈਕੀ ਦਾ ਕੰਮ ਹੈ ਹਮ ਪਹਿਲੀ ਗੱਲ ਤਾਂ ਪੰਜਵੀਂ ਮੰਜ਼ਲ ਦਾ ਦਰਵਾਜ਼ਾ ਖੁੱਲਾ ਕਿਵੇਂ ਸੀ ਹਮ ਪੰਜਵੀਂ ਮੰਜ਼ਲ ਦੇ ਉੱਤੇ ਕੋਈ ਕਲਾਸਾਂ ਲੱਗਦੀਆਂ ਸੀਗੀਆਂ ਬੱਚਿਆਂ ਦੀਆਂ ਜਿਹੜੀਆਂ ਉੱਥੇ ਪੜਾਉਣ ਵਾਸਤੇ ਭੇਜਿਆ ਜਾਂਦਾ ਸੀ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਗਵੇ ਦੇ ਦੀ ਡਿਪਟੀ ਕਮਿਸ਼ਨਰ ਤੋਂ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਤੇ ਹੋਰਾਂ ਦੀ ਪੂਰੀ ਤਰ੍ਹਾਂ ਦੀ ਨਿਲੈਕੀ ਸਾਹਮਣੇ ਆ ਰਹੀ ਹੈ ਤਾਂ ਇਹ ਘਟਨਾ ਵਾਪਰੀ ਹੈ ਇਹਦਾ ਮਤਲਬ ਅੰਦਰੋਂ ਵੀ ਕੋਈ ਨਾ ਕੋਈ ਮਿਲੀ ਭੁਗਤ ਵਿੱਚ ਹੋਵੇਗਾ ਸਾਡੇ ਇੱਥੇ ਕੀ ਹੈ ਕਿ ਜਦੋਂ ਸੱਪ ਲੰਘ ਜਾਂਦਾ ਹੈ ਅਸੀਂ ਲਕੀਰਾਂ ਨੂੰ ਸੋਟਾ ਮਾਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਬਾਕੀ ਕੰਮ ਕੋਈ ਨਹੀਂ ਕਰਦੇ ਹੈਗੇ ਇਹ ਜਿਹੜਾ ਹੈਗਾ ਮਾੜੀ ਘਟਨਾ ਵਾਪਰੀ ਹੈ ਕਿ ਰਾਸ਼ਟਰੀ ਝੰਡੇ ਦਾ ਅਪਮਾਨ ਕਰਕੇ ਉਹਨੂੰ ਉਤਾਰ ਕੇ ਉੱਤੇ ਖਾਲਸਤਾਨ ਦਾ ਝੰਡਾ ਲਹਿਰਾਇਆ ਗਿਆ ਭਾਵੇਂ ਸਾਡੀ ਸੁਪਰੀਮ ਕੋਰਟ ਇਹ ਕਹਿ ਚੁੱਕੀ ਹੈ ਕਿ ਸੰਵਿਧਾਨਕ ਦਾਇਰ ਦੇ ਵਿੱਚ ਰਹਿ ਕੇ ਭਾਵੇਂ ਖਾਲਸਤਾਨ ਮੰਗ ਲੋ ਜਾਂ ਕੋਈ ਹੋਰ ਮੰਗ ਲੋ ਉਹ ਗਲਤ ਨਹੀਂ ਹੈਗਾ ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਉੱਤੇ ਇਹ ਝੰਡਾ ਝੂਲ ਜਾਣਾ ਪ੍ਰਸ਼ਾਸਨ ਦੀ ਨਲੈਕੀ ਸਾਬਤ ਕਰਦਾ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਨਾ ਲੱਭੋ ਜਿਨ੍ਹਾਂ ਦੀ ਨਲੈਕੀ ਹੋਈ ਆ ਪਰਚਾ ਉਹਨਾਂ ਤੇ ਦਰਜ ਕਰੋ ਤਾਂ ਕਿ ਭਵਿੱਖ ਤੇ ਉਹਨਾਂ ਨੂੰ ਮਸਾਲੀ ਸਜ਼ਾ ਦਿਓ ਤਾਂ ਕਿ ਭਵਿੱਖ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਨਲਕੀ ਕਰਨ ਦੀ ਜ਼ਰੂਰਤ ਨਾ ਕਰ ਸਕੇ ਜੀ ਭਾਵੇਂ ਕਿ ਮੁੱਖ ਮੰਤਰੀ ਕੈਪਟਨ ਅਭਿੰਦਰ ਸਿੰਘ ਨੇ ਵੀ ਇਸ ਮਾਮਲੇ ਤੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਸਦੇ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਗਲੀ ਗੱਲ ਆਉਂਦੀ ਹੈ ਪਾਣੀਆਂ ਦੇ ਮੁੱਦੇ ਦੇ ਨਾਲ ਰਿਲੇਟਡ ਕਿ ਪਾਣੀ ਆ ਗਿਆ ਬਿਜਲੀ ਆ ਗਿਆ ਜਿਹੜੇ ਵੀ ਆਰਡੀਨੈਂਸ ਸੀਗੇ ਉਹਨਾਂ ਦੇ ਨਾਲ ਰਿਲੇਟਡ ਆ ਗਿਆ ਕਿ ਕਿਸਾਨਾਂ ਦੇ ਬਿਜਲੀ ਦੇ ਬਿੱਲਾਂ ਦੀ ਜਿਹੜੀਆਂ ਖੇਤੀ ਦੇ ਨਾਲ ਰਿਲੇਟਡ ਗੱਲਾਂ ਨੇ ਉਹ ਵੀ ਕਾਫੀ ਲੰਮੇ ਸਮੇਂ ਤੋਂ ਉੱਠ ਰਹੀਆਂ ਨੇ ਜਦੋਂ ਤੋਂ ਆਰਡੀਨੈਂਸ ਜਾਰੀ ਹੋਣ ਦੀਆਂ ਗੱਲਾਂ ਚੱਲੀਆਂ ਨੇ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਇਆ ਹੈ ਕਿ ਕਿਸਾਨਾਂ ਨੂੰ ਜਿਹੜਾ ਪਾਣੀ ਹੈ ਉਹ ਮੁਫਤ ਮੁਹੱਈਆ ਕਰਵਾਇਆ ਜਾਵੇਗਾ ਯਾਨੀ ਕਿ ਜਿਹੜੀ ਬਿਜਲੀ ਹੈ ਉਹ ਮੁਫਤ ਦਿੱਤੀ ਜਾਵੇਗੀ ਕੋਈ ਵੀ ਕਿਤੇ ਵੀ ਉਹਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕੈਪਟਨ ਅਮਰਿੰਦਰ ਸਿੰਘ ਵੀ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਲਈ ਖੜਾ ਹਾਂ ਪੰਜਾਬ ਦੇ ਕਿਸਾਨਾਂ ਦੀ ਰਾਖੀ ਦੇ ਲਈ ਖੜਾ ਹਾਂ ਤੇ ਨਾਲ ਦੀ ਨਾਲ ਉਧਰ ਸੁਖਬੀਰ ਸਿੰਘ ਬਾਦਲ ਦੇ ਵੀ ਇਹੀ ਗੱਲ ਦੁਹਰਾਉਂਦੇ ਨੇ ਕਿ ਮੈਂ ਕਿਸਾਨ ਦਾ ਪੁੱਤਾਂ ਤੇ ਕਿਸਾਨਾਂ ਦੇ ਹਮੇਸ਼ਾ ਨਾਲ ਆ ਹੁਣ ਇਹ ਦੋਵੇਂ ਪਾਰਟੀਆਂ ਫਰੈਂਡਲੀ ਮੈਚ ਖੇਡਦੀਆਂ ਨੇ ਇਹ ਤਾਂ ਸਭ ਨੂੰ ਪਤਾ ਹੈ ਵੋਟਾਂ ਦੇ ਨੇੜੇ ਆਉਂਦਿਆਂ ਹੀ ਇਹ ਥੋੜੀਆਂ ਜ਼ਿਆਦਾ ਸਰਗਰਮ ਹੋ ਗਈਆਂ ਨੇ ਇਹ ਵੀ ਪਤਾ ਹੈ ਪਰ ਕੀ ਵਾਕਿਆ ਹੀ ਬਿਜਲੀ ਦੇ ਬਿੱਲ ਕਿਸਾਨਾਂ ਨੂੰ ਨਹੀਂ ਪਰਨੇ ਪੈਣਗੇ ਢਿੱਲੋ ਸਾਹਿਬ ਇੱਕ ਬੜੀ ਅਜੀਬ ਕਿਸਮ ਦੀ ਸਥਿਤੀ ਇਹਨਾਂ ਸਿਆਸੀ ਲੋਕਾਂ ਨੇ ਪੈਦਾ ਕਰ ਦਿੱਤੀ ਹੈ ਹਮ ਮੁਕਤ ਬਿਜਲੀ ਦੀ ਸਹੂਲਤ ਕਿਸੇ ਕਿਸਾਨ ਨੇ ਨਹੀਂ ਮੰਗੀ ਸੀ ਕਿਸਾਨ ਅੱਜ ਵੀ ਇਹ ਗੱਲ ਕਹਿੰਦੇ ਨੇ ਕਿ Swami Nathan ਕਮਿਸ਼ਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਜਿੰਸਾਂ ਦੇ ਭਾਅ ਦੇ ਦਿੱਤੇ ਜਾਣ ਕਿਸਾਨ ਆਪ ਦੀ ਬਿਜਲੀ ਦਾ ਬਿੱਲ ਆਪ ਭਰ ਲਵੇਗਾ ਜੀ ਕਣਕ ਝੋਨੇ ਤੋਂ ਅਸੀਂ ਖੜਾ ਛਡਾਉਣ ਨੂੰ ਤੁਰੇ ਫਿਰਦੇ ਹਾਂ ਹੂੰ ਕਣਕ ਝੋਨੇ ਦੀ ਥਾਂ ਦੇ ਉੱਤੇ ਕਿਸਾਨਾਂ ਨੇ ਬਦਲਵੇਂ ਰੂਪ ਦੇ ਵਿੱਚ ਮੱਕੀ ਬੀਜੀ ਜੀ ਮੱਕੀ ਦਾ ਭਾਅ 1850 ਰੁਪਏ ਮਿਥਿਆ ਗਿਆ ਕੇਂਦਰ ਸਰਕਾਰ ਵੱਲੋਂ ਪਰ ਮੰਡੀਆਂ ਦੇ ਵਿੱਚ ਇਹ 800 ਜਾਂ ਇਸ ਤੋਂ ਵੀ ਘੱਟ ਭਾਅ ਤੇ ਵਿਕ ਰਹੀ ਹੈ ਹੂੰ ਇਹਨੂੰ ਇਸ ਮਾਮਲੇ ਤੇ 1000 ਰੁਪਏ ਦਾ ਜਿਹੜਾ ਘਾਟਾ ਪੈ ਰਿਹਾ ਪੰਜਾਬ ਚ ਕੈਪਟਨ ਸਾਹਿਬ ਪਹਿਲਾਂ ਉਹਨੂੰ ਯਕੀਨੀ ਬਣਾ ਲੈਣ ਸਿਆਸੀ ਲੋਕਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦੇ ਜਿਸ ਵੇਲੇ ਬਿਜਲੀ ਐਕਟ 2020 ਲਾਗੂ ਹੋ ਗਿਆ ਪਾਸ ਕਰ ਦਿੱਤਾ ਗਿਆ ਲਾਗੂ ਹੋ ਗਿਆ ਉਸ ਵੇਲੇ ਕਿਸਾਨਾਂ ਦੀ ਇਹ ਮੁਕਤ ਬਿਜਲੀ ਹਰ ਹਾਲਤ ਬੰਦ ਹੋਵੇਗੀ ਇਹਦੇ ਬਾਰੇ ਜਿੰਨਾ ਮਰਜ਼ੀ ਕਹਿ ਲੈਣ ਅਜੇ ਇਹ ਧੂਂਗੜੀਸ ਕਰਕੇ ਕੈਪਟਨ ਸਾਹਿਬ ਦਾ ਟ੍ਰੇਅਰ ਤਾਂ ਨਿਕਲ ਜਾਊਗਾ ਇਹ ਅਗਲੀਆਂ ਸਰਕਾਰਾਂ ਦੇ ਗੱਲ ਦੇ ਵਿੱਚ ਪਵੇਗਾ ਕੀ ਜਿਹੜੇ ਪਹਿਲੇ ਆਰਡੀਨੈਂਸ ਨੇ ਤਿੰਨ ਆਰਡੀਨੈਂਸ ਜਾਰੀ ਹੋਏ ਜਿਹਦੇ ਉੱਤੇ ਸੁਖਵੀਰ ਸਿੰਘ ਬਾਦਲੇ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਡਟ ਜਾਗਾ ਮਰ ਜਾਗਾ ਤਾਂ ਤੁਸੀਂ ਉਹਨਾਂ ਤੇ ਸਾਈਨ ਕਿਉਂ ਕੀਤੇ ਉੱਥੇ ਤੁਹਾਡੇ ਮੰਤਰੀ ਮੰਡਲ ਦੇ ਵਿੱਚ ਤੁਹਾਡੇ ਧਰਮ ਪਤਨੀ ਜੀ ਇੱਕ ਵਜ਼ੀਰ ਨੇ ਉਹਨਾਂ ਨੇ ਦਸਕ ਤੱਕ ਮੰਤਰੀ ਮੰਡਲ 'ਚ ਬੈਠ ਕੇ ਕਿਉਂ ਕੀਤੇ ਤੁਸੀਂ ਆਪ ਦਾ ਵਿਰੋਧ ਜਤਾਉਂਦੇ ਭਾਵੇਂ ਇੱਕ ਵੋਟ ਦੇ ਨਾਲ ਤੁਹਾਡੀ ਦੇ ਨਾਲ ਇਹ ਫੇਲ ਨਹੀਂ ਹੋਣਾ ਸੀ ਘੱਟੋ ਘੱਟ ਤੁਹਾਡਾ ਸਟੈਂਡ ਤਾਂ ਕਲੀਅਰ ਹੁੰਦਾ ਕਿ ਤੁਸੀਂ ਤੁਸੀਂ ਜਮਨਾ ਤੋਂ ਪਰਲੇ ਪਾਸੇ ਜਾ ਕੇ ਗੱਲ ਹੋਰ ਕਰਦੇ ਹੋ ਜਦੋਂ ਬਾਲਾ ਟੱਪ ਕੇ ਪੰਜਾਬ 'ਚ ਵੱਡ ਜਾਂਦੇ ਹੋ ਤਾਂ ਗੱਲ ਹੋਰ ਕਰਦੇ ਹੋ ਬਿਜਲੀ ਐਕਟ 2020 ਦੇ ਵਿੱਚ ਅੱਜ ਕਰੋ ਐਲਾਨ ਕਿ ਤੁਸੀਂ ਦਸਕਤ ਨਹੀਂ ਕਰੋਗੇ ਛੱਡ ਕੇ ਪਾਸੇ ਆਉਂਗੇ ਔਰ ਤੋਤੋਂ ਬਾਹਰ ਰੂੜ ਕੇ ਉਹਨਾਂ ਨੇ ਕਰਾ ਲੈਨੇ ਨੇ ਇਸ ਕਰਕੇ ਇਹ ਗੱਲਾਂ ਫਜ਼ੂਲ ਨੇ ਐਸ ਵੇਲੇ ਜਿਹੜੀ ਸਥਿਤੀ ਹੈ ਤੁਸੀਂ ਜਿਹੜਾ ਡੀਜ਼ਲ ਦੇ ਉੱਤੇ ਬੈਟ ਲਾਇਆ ਹੈ ਜੇ ਤੁਸੀਂ ਕਿਸਾਨ ਦੇ ਏਡੇ ਹਤਾਸ਼ੀ ਹੋ ਤਾਂ ਲਾਓ ਬੈਟ ਵਾਪਸ ਜਿਹੜਾ ਆਪਕਾਰੀ ਡਿਊਟੀ ਦੇ ਵਿੱਚ ਤੁਸੀਂ ਵਾਅਦਾ ਕੀਤਾ ਹੈਗਾ ਜੇ ਮੋੜ ਆਪਣਾ ਦਿੱਲੀ ਦੀ ਸਰਕਾਰ ਦਾ ਮੁੱਖ ਮੰਤਰੀ ਕੇਜਰੀਵਾਲ 8.5 ਰੁਪਏ ਡੀਜ਼ਲ ਦਾ ਭਾਅ ਘਟਾ ਸਕਦਾ ਤੇ ਤੁਸੀਂ ਕਿਉਂ ਨਹੀਂ ਘਟਾ ਸਕਦੇ ਉਹ ਤੁਸੀਂ ਕਹਿਣਾ ਕੁਛ ਹੈ ਕਰਨਾ ਕੁਛ ਹੈ ਇਸ ਕਰਕੇ ਮੈਂ ਇਹ ਸਮਝਦਾ ਕਿ ਸਿਆਸੀ ਲੋਕਾਂ ਨੂੰ ਜਦੋਂ ਚੋਣ ਮਨੋਰਥ ਪੱਤਰ ਬਣਾਉਂਦੇ ਨੇ ਉਦੋਂ ਜਿਹੜੇ ਲੋਕ ਲਭਾਉ ਵਾਦੇ ਨੇ ਜਿਨ੍ਹਾਂ ਦੇ ਨਾਲ ਆਰਥਿਕਤਾ ਜੁੜੀ ਹੋਈ ਆ ਆਰਥਿਕਤਾ ਤਬਾਹ ਹੁੰਦੀ ਜਾ ਰਹੀ ਆ ਉਸ ਤਰ੍ਹਾਂ ਦੇ ਵਾਅਦੇ ਨਾ ਕੀਤੇ ਜਾਣ ਜੀ ਤੁਸੀਂ ਸੱਤਾ 'ਚ ਆਉਣ ਵਾਸਤੇ ਜਿਵੇਂ ਇੱਕ ਆਸ਼ਿਕ ਮਸ਼ੂਕ ਨੂੰ ਕਹਿੰਦਾ ਕਿ ਮੈਂ ਤੈਨੂੰ ਚੰਦ ਤੇ ਤਾਰੇ ਤੋੜ ਕੇ ਲਿਆਦਾਂਗਾ ਉਸ ਤਰ੍ਹਾਂ ਦੇ ਵਾਅਦੇ ਕਰਦੇ ਹੋ ਬਾਅਦ ਦੇ ਵਿੱਚੋਂ ਵਾਅਦੇ ਪੂਰੇ ਨਹੀਂ ਹੋ ਸਕਦੇ ਉਸ ਕਰਕੇ ਓਨੇਕ ਵਾਅਦੇ ਕਰੋ ਹੁਣ 2022 ਆ ਰਿਹਾ ਹੈ 2022 ਦੇ ਵਿੱਚ ਤੁਸੀਂ ਉਹ ਵਾਅਦਾ ਕਰੋ ਜਿਹੜਾ ਤੁਸੀਂ ਪੂਰਾ ਕਰ ਸਕੋ ਜਿਹਦੇ ਤੇ ਖਰਾ ਉਤਰ ਸਕੋ ਇਸੇ ਕਰਕੇ ਸਿਆਸੀ ਲੋਕਾਂ ਨੂੰ ਬਾਰ ਬਾਰ ਉਲਝਣਾ ਪੈਂਦਾ ਹੈ ਸੂਬੇ ਦੀ ਆਮਦਨ ਬੁਦਾਉਣ ਵਾਲੇ ਵਾਅਦੇ ਕਰੋ ਕਿ ਅੱਜ ਸੂਬੇ ਦਾ ਬਜਟ ਇੱਥੇ ਖੜਾ ਹੈਗਾ ਕੱਲ ਅਸੀਂ ਇਸ ਨੂੰ ਬੁਦਾ ਕੇ ਇਸ ਪੱਧਰ ਤੱਕ ਲੈ ਕੇ ਜਾਵਾਂਗੇ ਉਹ ਤੁਸੀਂ ਨਹੀਂ ਕਰ ਰਹੇ ਜੋ ਤੁਸੀਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਥਾਣਾ ਆਧਾਰ ਤੇ ਮਾਸਕਾਂ ਦੇ ਜੁਰਮਾਨੇ ਕੀਤੇ ਜਾ ਰਹੇ ਨੇ ਇਸ ਵੇਲੇ ਹਮ ਹਰੇਕ ਥਾਣੇ ਨੂੰ 20-20 ਜੁਰਮਾਨੇ ਘੱਟੋ ਘੱਟ ਭਾ ਇੱਕ ਥਾਣੇ ਤੋਂ 10000 ਰੁਪਿਆ ਹਰ ਰੋਜ਼ ਕਿੰਨੇ ਥਾਣੇ ਨੇ ਉਹਦੇ ਵਿੱਚ ਇਹਦਾ ਮਤਲਬ ਲੱਖਾਂ ਦੇ ਵਿੱਚ ਸਾਡੀਆਂ ਜੇਬਾਂ ਤੇ ਡੱਕੇ ਪੈ ਰਹੇ ਨੇ ਕਿਉਂਕਿ ਅਸੀਂ ਜ਼ਿੰਮੇਵਾਰ ਖੁਦ ਆਂ ਤਮੱਚੜ ਅਸੀਂ ਤੋਂ ਪਾਉਂਦੇ ਫਿਰਦੇ ਆਂ ਲੋਕਾਂ ਦੀ ਗੱਲ ਨਹੀਂ ਮੰਨਦੇ ਤਾਂ ਜਦੋਂ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਉਹ ਗੱਲ ਮੰਨਣੀ ਚਾਹੀਦੀ ਹੈ ਹੁਣੇ ਮਾਸਕ ਵਾਲਾ ਮਾਮਲਾ ਵੀ ਇੱਕ ਆਮਦਨ ਦਾ ਸਾਧਨ ਬਣਾ ਲਿਆ ਕਿਉਂਕਿ ਸੁਧਰਨਾ ਅਸੀਂ ਹੈ ਨਹੀਂ ਤੇ 5-500 ਰੁਪਿਆ ਜਿਹੜਾ ਉਹਦਾ ਜੁਰਮਾਨਾ ਅਦਾ ਕਰਨ ਨੂੰ ਤਿਆਰ ਆਂ ਹੁਣ ਕੈਪਟਨ ਸਾਹਿਬ ਦੇ ਇੱਕ ਐਲਾਨ ਕਰਤਾ ਕਿ ਵੀਕੈਂਡ ਦੇ ਉੱਤੇ ਕਰਪੂ ਲਾਗੂ ਕਰੋ ਰਾਤ ਦਾ 9 ਵਜੇ ਦਾ ਕਰਪੂ ਇਹਨਾਂ ਨੇ ਕੀਤਾਗਾ ਜੇ ਦਿਨੇ ਜਦੋਂ ਭੀੜ ਭੜਕਾ ਵੱਧ ਰਿਹਾ ਓਦੋਂ ਤਾਂ ਤੁਸੀਂ ਲਾਇਆ ਨਹੀਂ ਰਾਤ ਨੂੰ ਤੁਸੀਂ 9 ਵਜੇ ਕਹਿਤਾ ਉਸ ਵੇਲੇ ਲੋਕਾਂ ਦੇ ਕਮਾਕਾਰਾਂ ਦੁਕਾਨਾਂ ਤੋਂ ਵਿਲੇ ਹੋਣ ਦਾ ਖਰੀਦਦਾਰੀ ਵੀ ਲੋਕ ਸ਼ਾਮ ਨੂੰ ਗਰਮੀ ਕਰਕੇ ਕਰਦੇ ਨੇ ਇਹਨੂੰ ਤੁਸੀਂ ਪ੍ਰੈਕਟੀਕਲ ਕਰੋ ਨਾ ਕਿ ਠੰਡੇ ਕਮਰੇ ਚ ਚਾਰ ਅਫਸਰਾਂ ਦੀ ਗੱਲ ਸੁਣ ਕੇ ਉਹ ਲਾਗੂ ਕਰਿਓ ਵੀ ਡੰ 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 ਪਰ ਲੋਕਾਂ ਦੇ ਨਮਾਇੰਦਿਆਂ ਨਾਲ ਗੱਲ ਕਰੋ ਬੁਧਾਇਆ ਕਿ ਤੁਹਾਡੇ ਪਿੱਟਦੇ ਪਏ ਨੇ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤੁਸੀਂ ਆਪ ਦਾ ਤਰੀਕਾ ਬਦਲੋ ਤੁਹਾਡੇ ਤੋਂ ਕੈਪਟਨ ਸਾਹਿਬ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਆਸਾਂ ਸਨ ਕਿ ਕੈਪਟਨ ਸਾਹਿਬ ਜਿਹੜਾ 2002 ਤੋਂ 2007 ਵਾਲਾ ਖੁੰਡਾ ਖੜਕਾਉਂਦੇ ਸਨ ਐਸ ਵਾਰ ਵੀ ਖੜਕਾਉਣਗੇ ਪਰ ਐਸ ਵਾਰ ਤੁਸੀਂ ਲੋਕਾਂ ਦੀਆਂ ਗੱਲਾਂ ਤੇ ਖਰੇ ਨਹੀਂ ਉਤਰ ਸਕੇ ਤੁਹਾਨੂੰ ਖਰੇ ਉਤਰਨਾ ਚਾਹੀਦਾ ਸੀ ਲੋਕ ਤੁਹਾਡੀਆਂ ਤੁਹਾਡੇ ਮੂੰਹ ਬਲ ਚ ਆ ਕੇ ਰਹੇ ਨੇ ਜਿਹੜਾ ਕੁਝ ਲਾਗੂ ਕਰਨਾ ਹੈ ਉਹ ਪ੍ਰੈਕਟੀਕਲ ਸੋਚ ਵਿਚਾਰਨ ਤੋਂ ਬਾਅਦ ਕਰੋ ਇਹ ਨਹੀਂ ਹੈ ਕਿ ਅੱਜ ਲਾਗੂ ਕਰਤਾ ਭਲਕੇ ਨੂੰ ਉਹ ਪਿੱਛੇ ਲੈ ਲਿਆ ਇਸੇ ਵਿੱਚ ਹੀ ਅਸੀਂ ਤੁਰੇ ਫਿਰਦੇ ਰਹਾਂਗੇ ਜੀ ਬਿਲਕੁਲ ਤੇ ਗੱਲ ਉਹੀ ਆ ਜਾਂਦੀ ਹੈ ਕਿ ਕੈਪਟਨ ਸਾਹਿਬ ਤੁਹਾਡੇ ਕੋਲੇ ਸਮਾਂ ਬਹੁਤ ਘੱਟ ਰਹਿ ਗਿਆ ਬਹੁਤ ਫੱਟੇ ਫੱਟੇ ਵਾਦੇ ਨੇ ਚੋਣ ਜਿਹੜਾ ਮਨੋਰਥ ਪੱਤਰ ਸੀਗਾ ਉਹਦੇ ਵਿੱਚ ਤੁਸੀਂ ਕੀਤੇ ਜਾਂ ਉਂਝ ਵੀ ਮੂਹੋ ਬੋਲ ਕੇ ਵੀ ਬੜਾ ਕੁਝ ਕਿਹਾ ਤੇ ਸਮਾਂ ਬਹੁਤ ਘਟਿਆ ਤੁਹਾਡੇ ਕੋਲ ਜੇ ਹਲੇ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਸਾਰ ਹੈ ਉਹ ਤੁਸੀਂ ਲੈ ਲਵੋ ਹਲੇ ਵੀ ਉਹਨਾਂ ਦੀਆਂ ਜਿਹੜੀਆਂ ਦੁੱਖਦੀਆਂ ਰਗਾਂ ਨੇ ਜਿਨ੍ਹਾਂ ਤੇ ਤੁਸੀਂ ਹੱਥ ਧਰ ਕੇ ਬਹੁਤ ਸਾਰੀਆਂ ਸੋਹਾਂ ਖਾਧੀਆਂ ਸੀਗੀਆਂ ਉਹਨਾਂ ਨੂੰ ਮਾੜਾ ਜਾਂ ਚੀਤੇ ਕਰ ਲਵੋ ਤਾਂ ਸ਼ਾਇਦ ਪੰਜਾਬ ਦਾ ਵੀ ਭਲਾ ਹੋ ਜਾਏਗਾ ਤਾਂ ਕਿਤੇ ਨਾ ਕਿਤੇ ਤੁਹਾਡਾ ਵੀ ਭਲਾ ਹੋ ਜਾਵੇਗਾ ਸਮਾ ਟੈਲੋ ਸਭ ਆਪਣੇ ਕੋਲੇ ਬਹੁਤ ਘੱਟ ਰਹਿ ਗਿਆ 5 ਮਿੰਟ ਬਾਕੀ ਨੇ ਤੇ ਜਾਂਦੇ ਜਾਂਦੇ ਅਸੀਂ ਰਾਜਸਥਾਨ ਦੇ ਵੱਲ ਆਪਣਾ ਜਿਹੜਾ ਥੋੜਾ ਜਿਹਾ ਫੇਰ ਪਾਵਾਂਗੇ ਤੇ ਰਾਜਸਥਾਨ ਦੇ ਵਿੱਚ ਅਸ਼ੋਕ ਗਹਿਲੋਤ ਦੇ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਰੋਸੇ ਦਾ ਜਿਹੜਾ ਫੋਟ ਹੈ ਉਹ ਜਿੱਤੇ ਹੈ ਤੇ ਸਦਨ ਨੇ ਜਵਾਨੀ ਵੋਟਾਂ ਦੇ ਨਾਲ ਮਤਾ ਜਿਹੜਾ ਪਾਸ ਕੀਤਾ ਹੈ ਤਾਂ ਸਾਡੇ ਦਰਸ਼ਕਾਂ ਨੂੰ ਥੋੜਾ ਇਸ ਨੂੰ ਥੋੜਾ ਜਿਹਾ ਸੰਖੇਪ ਦੇ ਵਿੱਚ ਦੱਸੋ ਦੇਖੋ ਭਾਰਤੀ ਜਨਤਾ ਪਾਰਟੀ ਨੇ ਜੋ ਰਥ ਚਲਾਇਆ ਸੀ ਜੀ ਕਿ ਕਾਂਗਰਸ ਮੁਕਤ ਭਾਰਤ ਕਰਨਾ ਹੈ ਹੂੰ ਉਸ ਦੀ ਠੱਲ ਰਾਜਸਥਾਨ ਦੇ ਵਿੱਚ ਜਾ ਕੇ ਪੈ ਗਈ ਆ ਜੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਯਤਨ ਕੀਤਾ ਉਹਨਾਂ ਨੇ ਸੱਚਨ ਪਾਇਲਟ ਨੂੰ ਤੋੜ ਕੇ ਉਹਦੇ ਨਾਲ ਜਿਹੜੇ 20 22 ਵਿਧਾਇਕ ਸੀਗੇ ਉਹਨਾਂ ਦੇ ਰਾਹੀਂ ਪੱਤਾ ਖੇਡਣ ਦਾ ਯਤਨ ਕੀਤਾ ਕਿ ਸ਼ਾਇਦ 30 ਦੇ ਕਰੀਬ ਜਿਹੜੇ ਹੋਰ ਵਿਧਾਇਕ ਉਹਨਾਂ ਦੇ ਨਾਲ ਕੁੱਲ 30 ਆ ਜਾਣਗੇ ਉਹ ਨਹੀਂ ਆਏ ਹੂੰ ਕਾਂਗਰਸ ਹਾਈ ਕਮਾਂਡ ਨੇ ਭਾਵੇਂ देर ਆ ਕੇ ਪਹਿਲਾ ਮੂਕ ਦਰਸ਼ਕ ਬਣ ਕੇ ਉਹ ਵੀ ਵੇਖਦੇ ਰਹੇ ਉਹਨਾਂ ਨੇ ਕਾਫੀ देर ਤੋਂ ਬਾਅਦ ਆ ਕੇ ਯਤਨ ਕੀਤਾ ਤੇ ਇਸ ਮਾਮਲੇ ਦੇ ਵਿੱਚ ਵਿਚਾਲੇ ਪੈ ਕੇ ਵਿਚੋਲਗਰੀ ਕਰਕੇ ਇਹਨੂੰ ਸਲਝਾਉਣ ਦਾ ਯਤਨ ਕੀਤਾ ਭਾਵੇਂ ਦੋਨੇ ਨੇਤਾ ਕੱਲ ਮਿਲੇ ਹੋਏ ਵੀ ਦਿਖੇ ਇੱਕ ਦੂਜੇ ਨੂੰ ਕੀ ਦਿਲ ਉਹਨਾਂ ਦੇ ਮਲਾ ਦਿੱਤੇ ਗਏ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਇਸ ਜਗ੍ਹਾ ਤੇ ਜਾ ਕੇ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਉਸ ਦੀ ਨੀਤੀ ਜਿਹੜੀ ਆ ਫੇਲ ਹੁੰਦੀ ਸਾਫਤਾਈ ਜੇ ਉਹ ਰਾਜਸਥਾਨ ਨੂੰ ਬਿੰਨ ਕਰ ਜਾਂਦੇ ਤਾਂ 2022 ਤੋਂ ਬਾਅਦ ਪਹਿਲਾ ਪਹਿਲਾ ਹੋ ਸਕਦਾ ਇਹਨਾਂ ਸਮਿਆਂ ਦੇ ਦੌਰਾਨ ਹੀ ਪੰਜਾਬ ਦੇ ਵਿੱਚ ਵੀ ਉਹ ਪੱਤਾ ਖੇਡਣ ਦਾ ਯਤਨ ਕਰਦੇ ਇੱਕ ਵਾਰੀ ਉਹਨਾਂ ਦੀ ਜਿਹੜੇ ਇਹ ਕਾਂਗਰਸ ਨੂੰ ਬਦਲਾਉਣ ਵਾਲੀ ਨੀਤੀ ਹੈ ਉਹ ਰੁਕੀ ਹੈ ਜੀ ਹੁਣ ਦੁਬਾਰਾ ਜਿਹੜਾ ਜਵਾਨੀ ਵੋਟਾਂ ਨਾਲ ਗਹਿਲੋਤ ਸਾਹਿਬ ਦੀ ਜਿਹੜੀ ਸਰਕਾਰ ਆ ਬਚ ਗਈ ਹੈ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਟਿਕੇ ਰਹਿਣਗੇ ਪਛੇ ਮਹੀਨੇ ਦਾ ਘਟੋ-ਘਟ ਇਹ ਜਿਹੜਾ ਮਾਮਲਾ ਅੱਗੇ ਟਲ ਗਿਆ ਇੱਥੇ ਇਹ ਪਤਾ ਲੱਗਿਆ ਕਿ ਕੁਝ ਭਾਜਪਾ ਦੇ ਕਵੀ ਜਿਹੜੇ ਥੜਕ ਗਏ ਰਹੇ ਉਹ ਕਾਂਗਰਸ ਨਾਲ ਅੱਖ ਮਟਕਾ ਕਰੀ ਬੈਠੇ ਨੇ ਅਗਲੇ ਸਮੇਂ ਦੇ ਵਿੱਚ ਕੀ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਵਾਰ ਜਿਹੜਾ ਵੱਡੀ ਪਦਰ ਦੇ ਉੱਤੇ ਸੰਕਟ ਆਇਆ ਉਹ ਕਾਂਗਰਸ ਦਾ ਟਲਦਾ ਨਜ਼ਰ ਆ ਰਿਹਾ ਇੱਕ ਵੱਖਰੀ ਗੱਲ ਹੈ ਕਿ ਸਚਨ ਪਾਇਲਟ ਜਿਹੜੇ ਪਹਿਲਾਂ ਡਿਪਟੀ ਮੁੱਖ ਮੰਤਰੀ ਹੁੰਦੇ ਸੀ ਅਗਲੀਆਂ ਕਤਾਰਾਂ ਦੇ ਵਿੱਚ ਵਹਿੰਦੇ ਸੀ ਉਹਨਾਂ ਨੂੰ ਸਿਰੇ ਤੇ ਜਾ ਕੇ ਬਿਠਾਇਆ ਗਿਆ ਤਾਂ ਉਹਨਾਂ ਨੇ ਕੱਲ ਆਪਦੇ ਭਾਸ਼ਣ ਦੇ ਵਿੱਚ ਕਿਹਾ ਕਿ ਬਾਰਡਰ ਦੇ ਉੱਤੇ ਉਹੀ ਯੋਧਾ ਵਹਿਂਦਾ ਹੁੰਦਾ ਉਹੀ ਫੌਜੀ ਵਹਿਂਦਾ ਹੁੰਦਾ ਜਿਹੜਾ ਲੜਨ ਦੀ ਸਮਰੱਥਾ ਰੱਖਦਾ ਹੋਵੇ ਔਰ ਹੱਦਾਂ ਦੀ ਰਾਖੀ ਕਰਨ ਦੀ ਸਮਰੱਥਾ ਰੱਖਦਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਕੀ ਹੁੰਦਾ ਜਿਹੜੇ ਉਹਨਾਂ ਦੇ ਨਾਲ ਵਧਾਇਏ ਗਏ ਸਨ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਭਾਵੇਂ ਸਚਨ ਪਾਇਲਟ ਨੇ ਐਲਾਨ ਕਰਤਾ ਪਰ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਉਮ ਨਾਲ ਰੱਖਣ ਵਾਸਤੇ ਕਿਸ ਤਰੀਕੇ ਦੇ ਨਾਲ ਜੋੜਦੀ ਹੈ ਇਹ ਆਉਣ ਵਾਲੇ ਸਮਾਂ ਦੇ ਵਿੱਚ ਤੈਅ ਹੋਵੇਗਾ ਇੱਕ ਵਾਰ ਜ਼ਰੂਰ ਰਾਜਸਥਾਨ ਦਾ ਜਿਹੜਾ ਸੰਕਟ ਹੈ ਉਹ ਟਲਦਾ ਨਜ਼ਰ ਆ ਰਿਹਾ ਹੈ ਜੀ ਤੇ ਅੱਜ ਬਹੁਤ ਸਾਰੀਆਂ ਅਹਿਮ ਖਬਰਾਂ ਸੀ ਤੁਸੀਂ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੀਆਂ ਖਬਰਾਂ ਤੇ ਜਾਣਨਾ ਪਾਇਆ ਜਿਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਜੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀਆਂ ਖਬਰਾਂ ਸੀਗੀਆਂ ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ YouTube ਤੇ ਸਾਡਾ ਜਿਹੜਾ ਪ੍ਰੋਗਰਾਮ ਹੈ TV ਤੇ ਟੈਲੀਕਾਸਟ ਹੋਣ ਤੋਂ ਬਾਅਦ ਉੱਥੇ ਵੀ ਪਵੇਗਾ ਤਾਂ ਉੱਥੇ ਤੁਸੀਂ ਆਪਣੇ ਸੁਝਾਅ ਜਿਹੜੇ ਇਸ ਪ੍ਰੋਗਰਾਮ ਬਾਰੇ ਦੇਣੇ ਨੇ ਕਿ ਤੁਹਾਨੂੰ ਇਹ ਪ੍ਰੋਗ ਕਿ ਹੋ ਜਾ ਲੱਗਿਆ ਜਾਂ ਫਿਰ ਕੁਝ ਹੋਰ ਵਿਚਾਰ ਜਿਹੜੇ ਤੁਹਾਡੇ ਹੁਣ ਉਹ ਵੀ ਤੁਸੀਂ ਆਪਣੇ ਉੱਥੇ ਰੱਖ ਸਕਦੇ ਹੋ ਸੋ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਮਿਲਾਂਗੇ ਜੀ ਅਗਲੇ ਹਫਤੇ ਵਾਰ ਸਤਵਾਰ ਪ੍ਰੋਗਰਾਮ ਦੇ ਵਿੱਚ ਤਦ ਤੱਕ ਦੇ ਲਈ ਸਾਨੂੰ ਦੋਇ ਇਜਾਜ਼ਤ ਸਤਿ ਸ਼੍ਰੀ ਅਕਾਲ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ